ਮਿੱਤਰਾਂ ਪਿਆਰਿਆਂ ਨੂੰ ਚੰਨ ਤੇ ਸਿਤਾਰਿਆਂ ਨੂੰ ਤੇਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲ ਕਰੀਏ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣ ਰਹੀ ਹੈ, ਬਣ ਗਈ ਹੈ ਅਤੇ ਤਕਰੀਬਨ ਬਣ ਗਈ ਹੈ, ਬਸ ਸਹੁੰ ਚੁੱਕਣੀ ਹੁਣ ਉਹਨੇ ਦੋ ਚਾਰ ਦਿਨ ਤੱਕ ਅਤੇ ਕੰਮ ਜਿਹੜਾ ਸਿਰੇ ਚੜ੍ਹ ਜਾਣਾ। ਔਰ ਕਮਾਲ ਦੀ ਗੱਲ ਇਹ ਹੈ ਕਿ ਹੁਣ ਲੋਕਾਂ ਨੇ ਜਿਹੜਾ ਫੇਸਬੁੱਕ ਅਤੇ ਟਵਿੱਟਰ 'ਤੇ ਪਾ ਕੇ ਫੋਟੋ ਅਮਿਤ ਸ਼ਾਹ ਦੀ ਨਾਲ ਥੱਲੇ ਲਿਖਿਆ ਵੀ ਯਾਰ ਹੱਸ ਵੀ ਲਿਆ ਕਰੋ ਜੀ, ਤਾਂ ਹੁਣ ਹੱਸਣ ਜੋਗੇ ਵਿਚਾਰੇ ਰਹੇ ਨਹੀਂ, ਕਿਵੇਂ ਹੱਸਣਗੇ। ਖੈਰ ਮੈਂ ਇੱਕ ਗੱਲ ਦੱਸ ਦੇਵਾਂ, ਜਿਵੇਂ ਮੈਂ ਕੀਤਾ ਸੀ ਪ੍ਰੋਗਰਾਮ ਜਿਹਦੇ ਨਾਲ ਇਲੈਕਸ਼ਨ ਚੱਲਦੀਆਂ ਸੀਗੀਆਂ ਅਤੇ ਮੈਂ ਨਾਲ ਨਾਲ ਅਪਡੇਟ ਕਰ ਰਿਹਾ ਸੀ ਵੀ ਇੰਨੀਆਂ ਸੀਟਾਂ ਇਹਨੂੰ ਮਿਲ ਗਈਆਂ, ਇੰਨੀਆਂ ਇਹਨੂੰ ਜਾ ਰਹੀਆਂ, ਇੰਨੀਆਂ ਇਹਨੂੰ ਰੁਝਾਨ ਹੈਗਾ ਦੱਸ ਰਿਹਾ ਸੀਗਾ। ਅਤੇ ਉਦੋਂ ਅਗਲੇ ਦਿਨ ਪ੍ਰੋਗਰਾਮ ਕੈਲੀਫੋਰਨੀਆ ਟਾਈਮ ਦੀ ਗੱਲ ਕਰੀਏ ਤਾਂ 10 ਵਜੇ ਸਵੇਰੇ ਆਉਂਦਾ, ਰਿਪੀਟ ਹੁੰਦੀ ਹੈ ESTT 1 ਵਜੇ ਦੁਪਹਿਰੇ, ਯਾਨੀ ਕਿ ਰਿਪੀਟ ਹੁੰਦਾ ਉਹ ਪ੍ਰੋਗਰਾਮ। ਅਤੇ ਉਦੋਂ ਮੈਂ ਜਦੋਂ ਦੁਬਾਰਾ ਰਿਪੀਟ ਹੋ ਰਿਹਾ ਸੀ ਪ੍ਰੋਗਰਾਮ, ਤਾਂ ਮੈਨੂੰ ਇੰਨੇ ਕੁ ਫੋਨ ਆਏ ਮੋਬਾਈਲ 'ਤੇ, ਕਹਿੰਦੇ ਭਾਅ ਜੀ ਤੁਸੀਂ ਗਲਤ ਦੱਸੀ ਜਾਂਦੇ ਹੋ, ਸੀਟਾਂ ਤੋਂ ਬਾਹਰ ਲੈ ਗਏ ਸਰਕਾਰ ਉਹਨਾਂ ਦੀ ਬਣ ਗਈ, ਤੁਸੀਂ ਇਹ 56 ਹੀ ਦੱਸੀ ਜਾਂਦੇ ਹੋ, 56 ਚੱਗੇ ਆ। ਫਿਰ ਮੈਂ ਕਿਹਾ ਵੀ ਦੱਸਿਆ ਉਹਨਾਂ ਨੂੰ ਫੋਨ 'ਤੇ ਵੀ ਉਹ ਪ੍ਰੋਗਰਾਮ ਰਿਪੀਟ ਹੁੰਦਾ। ਸੋ ਸਾਡੇ ਜਿੰਨੇ ਵੀ ਦਰਸ਼ਕ ਦੇਖਦੇ ਨੇ ਜਾਂ ਹੁਣ ਦੇਖ ਰਹੇ ਨੇ ਪ੍ਰੋਗਰਾਮ ਲਾਈਵ, ਜਾਂ ਫਿਰ ਜਦੋਂ ਰਿਪੀਟ ਆਉਂਦਾ ਰਾਤ ਨੂੰ ਵੀ ਇੱਕ ਵਾਰੀ ਆਉਂਦਾ ਵਾਹਵਾ ਹਨੇਰੇ ਜੇ, ਅਤੇ ਸਵੇਰੇ ਫਿਰ ਅਗਲੇ ਦਿਨ 10 ਵਜੇ ਪ੍ਰੋਗਰਾਮ ਇਹ ਰਿਪੀਟ ਹੁੰਦਾ, 10 ਤੋਂ 11 ਪੈਸੇਫਿਕ ਟਾਈਮ ਪ੍ਰੋਗਰਾਮ ਰਿਪੀਟ ਹੁੰਦਾ। ਉਦੋਂ ਕਾਲਾਂ ਜਿਹੜੀਆਂ ਨਹੀਂ ਲਈਆਂ ਜਾਂਦੀਆਂ, ਆਹ 7:30 to 8:30 ਪੈਸੇਫਿਕ ਟਾਈਮ ਇਹ ਪ੍ਰੋਗਰਾਮ ਲਾਈਵ ਹੁੰਦਾ, ਇਹਦੇ 'ਚ ਆਪਾਂ ਕਾਲਾਂ ਲੈ ਦੀਆਂ। ਤਕਰੀਬਨ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਇਹ ਪਤਾ ਹੈ, ਪਰ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਬਾਅਦ 'ਚ ਪ੍ਰੋਗਰਾਮ ਦੇਖਦੇ ਨੇ, ਉਹਨਾਂ ਨੂੰ ਮੈਂ ਦੱਸ ਦੇਵਾਂ ਵੀ ਜਦੋਂ ਲਾਈਵ ਹੁੰਦਾ ਉਹਦੇ 'ਤੇ ਲਾਈਵ ਲਿਖਿਆ ਹੁੰਦਾ, ਜਦੋਂ ਲਾਈਵ ਨਹੀਂ ਹੁੰਦਾ ਤਾਂ ਉਹ 'ਤੇ ਲਾਈਵ ਨਹੀਂ ਲਿਖਿਆ ਹੁੰਦਾ। ਜਦੋਂ ਲਾਈਵ ਹੁੰਦਾ ਉਦੋਂ ਨਾਲ ਟੈਲੀਫੋਨ ਨੰਬਰ ਆਉਂਦਾ ਜਿਹੜਾ ਸਟੂਡੀਓ ਵਾਲਾ ਜਿੱਥੇ ਕਾਲ ਕਰਨੀ ਹੈ, ਅਤੇ ਜਦੋਂ ਲਾਈਵ ਨਹੀਂ ਹੁੰਦਾ ਉਦੋਂ ਸਟੂਡੀਓ ਵਾਲਾ ਨੰਬਰ ਨਹੀਂ ਆਉਂਦਾ, ਉਦੋਂ ਮੇਰਾ ਇਕੱਲਾ ਸੈੱਲ ਨੰਬਰ ਆਉਂਦਾ, ਇਸ ਕਰਕੇ ਤੁਸੀਂ ਸੈੱਲ ਦੇ ਉੱਪਰ ਕਾਲ ਕਰ ਦਿਓ। ਖੈਰ ਮੁੱਕਦੀ ਗੱਲ ਇਹ ਹੈ ਜੀ, ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਕਾਲ ਕਰਦੇ ਹੋ ਤਾਂ ਬੜਾ ਵਧੀਆ ਲੱਗਦਾ, ਇਹਦਾ ਮਤਲਬ ਤੁਸੀਂ ਇਨ ਟੱਚ ਹੋ, ਤੁਸੀਂ ਦੇਖਦੇ ਹੋ, ਤੁਸੀਂ ਇਕੱਲੀ ਇਕੱਲੀ ਚੀਜ਼ ਸੁਣਦੇ ਹੋ। ਸੋ ਇਹਦੇ ਵਾਸਤੇ ਤੁਹਾਡਾ ਬੜਾ ਧੰਨਵਾਦ ਜਿਹੜਾ ਉਹ ਕਰਦੇ ਹਾਂ ਜਸ ਪੰਜਾਬੀ ਵੱਲੋਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਮੈਂ ਅਪਡੇਟ ਜਿਹੜੀ ਸਾਡੇ ਸਟੂਡੀਓ ਦੀ ਹੈਗੀ ਹੈ ਉਹ ਵੀ ਸਾਡੇ ਦਰਸ਼ਕ ਅਕਸਰ ਪੁੱਛਦੇ ਨੇ। ਸਟੂਡੀਓ ਦੀ ਅਪਡੇਟ ਇਹੀ ਹੈ ਵੀ ਤਕਰੀਬਨ ਤਿਆਰ ਹੈਗਾ ਅਤੇ 6 ਮਾਰਚ ਦੀ ਉਹਦੀ ਗ੍ਰੈਂਡ ਓਪਨਿੰਗ ਅਸੀਂ ਰੱਖੀ ਆ, ਅਤੇ ਨਾਲ ਨਾਲ ਸਾਨੂੰ ਬਹੁਤ ਵਧੀਆ ਹੁੰਗਾਰਾ ਇੱਥੋਂ ਮਿਲ ਰਿਹਾ ਵੈਸੇ ਤਾਂ ਕੈਲੀਫੋਰਨੀਆ ਦੇ ਵਿੱਚੋਂ। ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਆਪਣਾ ਜੋ ਵੀ ਮਤਲਬ ਕਿ ਪੰਜਾਬੀ ਕਮਿਊਨਿਟੀ ਵਾਸਤੇ 13 ਸਾਲ ਤੋਂ ਤਕਰੀਬਨ ਜਸ ਪੰਜਾਬੀ ਚੱਲਦਾ, ਨਾਲੇ 13ਵੀਂ ਐਨੀਵਰਸਰੀ ਹੈ ਅਤੇ ਨਾਲੇ ਸਟੂਡੀਓ ਦੀ ਗ੍ਰੈਂਡ ਓਪਨਿੰਗ ਹੈ, ਡਬਲ ਡਬਲ ਕੰਮ ਹੈ, ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਚਾਹੀਦਾ। ਸੋ ਬੇਨਤੀ ਇਹ ਕਰਦੇ ਹਾਂ ਵੀ ਤੁਸੀਂ ਜਿੰਨੇ ਦਰਸ਼ਕ ਦੇਖਦੇ ਹੋ ਕਿਤੇ ਵੀ ਬੈਠੇ ਹੋ ਅਤੇ ਸਾਡਾ ਸਹਿਯੋਗ ਕਰੋ ਤਾਂ ਬਹੁਤ ਚੰਗੀ ਗੱਲ ਹੈ, ਸਾਡੀ ਸਪੋਰਟ ਕਰੋ ਤਾਂ ਬਹੁਤ ਚੰਗੀ ਗੱਲ ਹੈ। ਸਪੋਰਟ ਵਾਸਤੇ ਜਿਹੜੇ 2 ਨੰਬਰ ਮੈਂ ਤੁਹਾਨੂੰ ਦਿੰਦਾ, ਮੇਰਾ ਨੰਬਰ ਜਿਹੜਾ ਹੈਗਾ 209-450-3362 209-450-3362। ਮੈਨੂੰ ਕਰ ਸਕਦੇ ਹੋ ਕਾਲ ਜਾਂ ਫਿਰ ਅਸ਼ਮਿਤਾ ਜੀ ਨੂੰ ਕਾਲ ਕਰ ਸਕਦੇ ਹੋ, ਉਹਨਾਂ ਦਾ ਨੰਬਰ ਹੈਗਾ 6462-46770। ਮਤਲਬ ਤੁਸੀਂ ਜੋ ਵੀ ਹੈਲਪ ਕਰਨੀ ਚਾਹੁੰਦੇ ਹੋ, ਸਾਡਾ ਸਹਿਯੋਗ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਚੈੱਕ ਕੱਟ ਕੇ ਉਹਦੀ ਫੋਟੋ ਖਿੱਚ ਕੇ ਵੀ ਸਾਨੂੰ ਇਹਨਾਂ ਨੰਬਰਾਂ 'ਤੇ ਟੈਕਸਟ ਕਰ ਸਕਦੇ ਹੋ। ਪ੍ਰੋਗਰਾਮ ਵਾਲੇ ਪਾਸੇ ਚਲੀਏ, ਅੱਜ ਦਾ ਦਿਨ ਹੁੰਦਾ ਥੋੜ੍ਹਾ ਭੱਜ ਭਜਾਈ ਜ਼ਿਆਦਾ ਹੈ, ਇਸ ਕਰਕੇ ਪੂਰੇ ਪੂਰੇ ਟਾਈਮ 'ਤੇ ਹੀ ਪਹੁੰਚ ਹੁੰਦਾ ਪ੍ਰੋਗਰਾਮ 'ਤੇ ਕਰਨ ਵੇਲੇ ਤੱਕ, ਹੋਰ ਥੋੜ੍ਹੇ ਦਿਨਾਂ ਤੱਕ ਬਿਲਕੁਲ ਰੂਟੀਨ ਬਣ ਜਾਏਗੀ, ਫਿੱਟ ਹੋ ਜਾਏਗਾ ਕੰਮ ਤੁਹਾਡੇ ਆਸ਼ੀਰਵਾਦ ਦੇ ਨਾਲ, ਤੁਹਾਡੇ ਪਿਆਰ ਦੇ ਨਾਲ, ਕਿਉਂਕਿ ਸਟੂਡੀਓ ਜਿਹੜਾ ਉਹ ਜਸ ਪੰਜਾਬੀ ਦਾ ਨਹੀਂ ਹੈਗਾ, ਜਾਂ ਚੈਨਲ ਇਹ ਜਸ ਪੰਜਾਬੀ ਜਿਹੜਾ ਜਸ ਪੰਜਾਬੀ ਦਾ ਨਹੀਂ ਹੈਗਾ, ਇਹ ਸਭ ਕੁਝ ਤੁਹਾਡਾ ਹੈਗਾ, ਪੰਜਾਬੀਆਂ ਦਾ ਹੈਗਾ ਅਤੇ ਪੰਜਾਬੀਆਂ ਕਰਕੇ ਹੀ ਹੈਗਾ ਇਹ। ਮੇਲਬੋਕਸ ਵਾਲੇ ਪਾਸੇ ਚੱਲਦੇ ਹਾਂ। ਪਹਿਲਾ ਸਵਾਲ ਜਿਹੜਾ ਕਸ਼ਮੀਰ ਸਿੰਘ ਤੁੱਗਾ ਯੂਨੀਅਨ ਸਿਟੀ ਤੋਂ ਇਹਨਾਂ ਨੇ ਪੁੱਛਿਆ ਸੀਗਾ, ਅਤੇ ਕੈਸ਼ ਫੈਬਰਿਕ ਵਾਲੇ ਹੈਗੇ ਨੇ ਇਹ, ਇਹਨਾਂ ਨੇ ਆਹ ਜਿਹੜਾ ਵੀ ਜਿਹੜੀ ਗੱਲ ਮੈਂ ਤਕਰੀਬਨ ਕੀਤੀ ਆ ਉਹੀ ਸਵਾਲ ਪੁੱਛਿਆ ਵੀ ਦਿੱਲੀ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਨੇ ਆਮ ਆਦਮੀ ਪਾਰਟੀ ਉਹ ਜਿੱਤ ਗਈ ਆ, ਅਤੇ ਮੋਦੀ ਸਾਹਿਬ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਤੇ ਨਾਲ ਨਾਲ ਇਹਨਾਂ ਨੇ ਇਹ ਵੀ ਪੁੱਛਿਆ ਵੀ ਇਸ ਵਾਰ EVM ਮਸ਼ੀਨਾਂ ਜਿਹੜਾ ਉਹਨਾਂ ਦਾ ਰੌਲਾ ਕਿਉਂ ਨਹੀਂ ਪਿਆ, ਬਾਕੀਆਂ ਨੇ ਕਿਉਂ ਨਹੀਂ ਕਿਹਾ ਵੀ ਇਹਨਾਂ ਨੇ EVM 'ਚ ਗੜਬੜ ਕੀਤੀ ਹੈ? ਕਿਉਂਕਿ ਜੀ EVM ਦੀ ਗੜਬੜ ਜਿਹੜੀ ਹੈ ਉਹ ਮੇਰੇ ਖਿਆਲ ਨਹੀਂ ਹੁੰਦੀ, ਉਹ ਤਾਂ ਦੋਸ਼ ਲਾਉਣਾ ਹੁੰਦਾ ਪਾਰਟੀਆਂ ਨੇ ਆਪਣੇ ਸਿਰ, ਦੂਜੇ ਸਿਰ ਕੋਈ ਵੀ ਆਪਦਾ ਕਸੂਰ ਹੋਵੇ ਦੂਜੇ ਸਿਰ ਮੜਦਾ ਹੁੰਦਾ ਵੀ ਇਹਦਾ ਕਰਕੇ ਇਹ ਹੋਇਆ। ਸੋ EVM ਮਸ਼ੀਨ, ਦੂਜੀ ਗੱਲ ਇਹ ਹੈ
ਵੀ ਜੇ ਸਰਕਾਰ ਜਿੱਦੀ ਜਿਹੜੀ ਸਰਕਾਰ ਹੈਗੀ ਸੈਂਟਰ 'ਚ, ਫਿਰ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਈਵੀਐਮ ਮਸ਼ੀਨਾਂ ਦੇ ਦੋਸ਼ ਲਾਉਣਾ, ਕਿਉਂਕਿ ਹੁਣ ਇਹਨਾਂ 'ਤੇ ਦੋਸ਼ ਲਾ ਹੀ ਨਹੀਂ ਸਕਦੇ, ਕਿਵੇਂ ਲਾਉਣਗੇ? ਸਰਕਾਰ ਤਾਂ ਉਹਨਾਂ ਦੀ ਆਪਣੀ ਹੈ, ਸਾਰਾ ਕੁਝ ਤਾਂ ਉਹਨਾਂ ਦਾ ਆਪਣਾ। ਇਹ ਈਵੀਐਮ ਮਸ਼ੀਨਾਂ 'ਚ ਕਿਵੇਂ ਕਰਨਗੇ ਹੇਰਾ ਫੇਰੀ? ਪਰ ਇੱਕ ਗੱਲ ਤਾਂ ਕਲੀਅਰ ਹੋਊਗੀ ਮੇਰੇ ਖਿਆਲ 70-72 ਸਾਲ ਦੇ ਇਤਿਹਾਸ ਦੇ ਵਿੱਚ, ਕਿ ਪਹਿਲੀ ਵਾਰ ਸ਼ਾਇਦ ਲੋਕਾਂ ਨੇ ਕੰਮ ਦੇਖ ਕੇ ਵੋਟਾਂ ਪਾਈਆਂ, ਚੰਮ ਦੇਖ ਕੇ ਨਹੀਂ। ਚੰਮ ਤੋਂ ਭਾਵ ਕਹਿ ਲਓ ਵੀ ਪੈਸਾ ਪੂਸਾ ਬਥੇਰਾ ਚੱਲਿਆ ਹੋਊ, ਉੱਥੇ ਰੋਹਬ ਦਾਬਾ ਵੀ ਬਥੇਰਾ ਚੱਲਿਆ ਹੋਊਗਾ, ਅਤੇ ਲੋਕਾਂ ਨੂੰ ਡਰਾਵੇ ਵੀ ਬਥੇਰੇ ਦਿੱਤੇ ਗਏ ਹੋਣਗੇ, ਕੇਸਾਂ ਦੀਆਂ ਧਮਕੀਆਂ ਵੀ ਹੋ ਸਕ ਦਿੱਤੀਆਂ ਗਈਆਂ ਹੋਣ। ਪਰ ਦਿੱਲੀ ਇੱਕ ਯੂਨੀਅਨ ਟੈਰੀਟਰੀ ਹੋਣ ਕਰਕੇ ਉੱਥੇ ਇਹ ਚੀਜ਼ਾਂ ਜ਼ਿਆਦਾ ਕੰਮ ਨਹੀਂ ਕਰਦੀਆਂ, ਕਿਉਂਕਿ ਉੱਥੇ ਜਿਹੜਾ ਕਾਨੂੰਨ ਉਹ ਹੈਗਾ ਥੋੜ੍ਹਾ ਜਿਹਾ ਸਟੇਟਸ ਨਾਲੋਂ ਜ਼ਿਆਦਾ ਕੰਮ ਕਰਦਾ ਹੈਗਾ। ਜਿਵੇਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਵੈਸੇ ਜਿਹਦੀ ਸੈਂਟਰ ਸਰਕਾਰ ਆ ਉਹਦਾ ਹੀ ਉੱਥੇ ਹੁੰਦਾ ਸਾਰਾ ਕੁਝ। ਚੰਡੀਗੜ੍ਹ ਦੇ ਵਿੱਚ ਵੀ ਕਾਨੂੰਨ ਨੂੰ ਅਸੀਂ ਫਾਲੋ ਕਰਦੇ ਹਾਂ, ਕਿਉਂਕਿ ਉੱਥੇ ਪੁਲਿਸ ਵਾਲੇ ਕਿਸੇ ਦਾ ਫੋਨ ਨਹੀਂ ਸੁਣਦੇ, ਸਿੱਧਾ ਚਲਾਨ ਕੱਟਦੇ ਆ। ਅਗਲਾ ਸਵਾਲ ਹੈਗਾ ਜੀ ਜਸਲੀਨ ਕੌਰ ਲਾਂਬਾ ਮਿਸ਼ੀ ਸਾਗਾ ਤੋਂ। ਇਹ ਕਹਿੰਦੇ ਜੀ ਪੰਜਾਬ ਅਸੀਂ ਜਦੋਂ ਜਾਈਦਾ ਅਤੇ ਉੱਥੇ ਦੇਖੀਦਾ ਵੀ ਅਸੀਂ ਉੱਥੇ ਜਾ ਕੇ ਰਿਸ਼ਤੇਦਾਰਾਂ ਨਾਲ ਜਾਂ ਘਰਦਿਆਂ ਨਾਲ ਪੰਜਾਬੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰੀ ਦੀ ਹੈ, ਪੰਜਾਬੀ 'ਚ ਗੱਲ ਕਰੀ ਦੀ ਹੈ, ਉਹ ਅੱਗੇ ਅੰਗਰੇਜ਼ੀ ਜਵਾਬ ਦਿੰਦੇ। ਇਹ ਕੀ ਕਾਰਨ ਹੈ, ਕਿਉਂ ਇੰਨਾ ਟ੍ਰੈਂਡ ਜਿਹੜਾ ਹੈਗਾ ਅੰਗਰੇਜ਼ੀ ਦਾ ਬਣਿਆ ਹੋਇਆ? ਇਹ ਤਾਂ ਜੀ ਇੱਕ ਫਿਤਰਤ ਜੀ ਬਣ ਗਈ ਹੈ, ਇਉਂ ਲੱਗਦਾ ਵੀ ਸਾਨੂੰ ਅੰਗਰੇਜ਼ੀ ਬੋਲਣ ਵਾਲਾ ਬੜਾ ਪੜ੍ਹਿਆ ਲਿਖਿਆ ਅਤੇ ਬੜਾ ਸਿਆਣਾ ਹੁੰਦਾ, ਔਰ ਕਈ ਫਿਰ ਮੇਰੇ ਵਰਗੇ ਅੰਗਰੇਜ਼ੀ ਇਹੋ ਜਿਹੀ ਬੋਲ ਜਾਂਦੇ ਆ, ਕੀਤੇ ਕਿਰਾਏ ਦੀ ਲੱਸੀ ਕਰ ਦਿੰਦੇ ਆ, ਅੰਗਰੇਜ਼ੀ ਪੂਰੀ ਸਹੀ ਬੋਲ ਨਹੀਂ ਹੁੰਦੀ। ਪਰ ਆਪਣੇ ਵੈਸੇ ਵੀ ਥੋੜ੍ਹੀ ਜਿਹੀ ਫਿਤਰਤ ਮੈਂ ਦੇਖੀ ਹੈ ਵੀ ਸਾਨੂੰ ਇਉਂ ਲੱਗਦਾ ਵੀ ਸ਼ਾਇਦ ਇਹ ਪੰਜਾਬੀ ਜਿਹੜੇ ਨੇ ਹਿੰਦੀ ਬੋਲ ਕੇ ਵੀ ਉਹ ਸਮਝਦੇ ਨੇ ਵੀ ਅੰਗਰੇਜ਼ੀ ਬੋਲਦੇ ਨੇ। ਮਤਲਬ ਪੰਜਾਬ ਦੇ ਵਿੱਚ ਜਿਹੜੇ ਰਿਕਸ਼ੇ ਰੁਕਸ਼ੇ ਚਲਾਉਂਦੇ ਨੇ, ਆਟੋ ਚਲਾਉਂਦੇ ਨੇ, ਜਿਹਨੂੰ ਅਸੀਂ ਭਈਏ ਕਹਿ ਦਿੰਦੇ ਹਾਂ, ਪ੍ਰਵਾਸੀ ਮਜ਼ਦੂਰ ਕਹਿ ਦਿੰਦੇ ਹਾਂ, ਉਹ ਚੰਗੀ ਭਰੀ ਪੰਜਾਬੀ ਸਿੱਖ ਗਏ ਨੇ, ਉਹਨਾਂ ਦੇ ਨਾਲ ਜਾ ਕੇ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਅਰੇ ਭਈਆ ਕਹਾਂ ਜਾਓਗੇ, ਵਹਾਂ ਜਾਓਗੇ, ਨਹੀਂ ਜਾਓਗੇ, ਤੋ ਇਹੋ ਜਿਹੀ ਹਿੰਦੀ ਬੋਲਦੇ ਆ, ਕਿਉਂ ਭਈਆ ਨੂੰ ਕਹਿਣਾ ਪੈਂਦਾ ਵੀ ਸਰ ਆਪ ਬਾਬੂ ਜੀ ਆਪ ਐਸਾ ਕਰੋ, ਪੰਜਾਬੀ ਹੀ ਬੋਲੋ, ਆਪ ਕੀ ਹਿੰਦੀ ਹਮੇ ਸਮਝ ਨਹੀਂ ਆ ਰਹੀ। ਸੋ ਇੱਕ ਅਲੱਗ ਜਿਹੀ ਫਿਤਰਤ ਬਣ ਗਈ, ਅੰਗਰੇਜ਼ੀ ਦਾ ਟ੍ਰੈਂਡ ਜਿਹਾ ਅਜੀਬ ਜਿਹਾ ਵੈਸੇ ਹੀ ਬਣ ਗਿਆ। ਪਰ ਟ੍ਰੈਂਡ ਜਿਹੜਾ ਹੈਗਾ ਵੈਸੇ ਮੈਂ ਦੇਖਿਆ ਵੀ ਜਿਹੜਾ ਅੰਗਰੇਜ਼ੀ ਬੋਲਣ ਦਾ ਤਰੀਕਾ ਹੈਗਾ ਇੱਧਰਲੇ ਮੁਲਕਾਂ ਦੇ ਵਿੱਚ ਵੀ ਪੰਜਾਬੀਆਂ ਦਾ, ਪਤਾ ਨਹੀਂ ਲੱਗਦਾ ਵੀ ਗੋਰੇ ਆ ਕਿ ਪੰਜਾਬੀ ਆ, ਬਿਲਕੁਲ ਐਨ ਗੋਰਿਆਂ ਵਾਲਾ ਕੰਸੈਂਟ ਉਹਨਾਂ ਦਾ ਹੈਗਾ। ਅਤੇ ਇੱਧਰ ਵੀ ਜਿਵੇਂ ਕਹਿੰਦੇ ਵੀ ਇੱਕ ਪੁਲਿਸ ਵਾਲੇ ਨੇ ਕਿਸੇ ਨੂੰ ਰੋਕਿਆ, ਟਰੱਕ ਵਾਲੇ ਨੂੰ, ਪੰਜਾਬੀ ਸੀਗਾ ਵੀ ਉਹਨੂੰ ਐਨ ਜੱਜਿਆ, ਜੱਜਦਾ ਪੰਜਾਬੀ ਸੀ ਲੱਗਦਾ, ਗੋਰਾ ਸੀ ਦੇਖਣ ਨੂੰ, ਤਾਂ ਬੋਲਦਾ ਵੀ ਅੰਗਰੇਜ਼ੀ ਉਹੋ ਜਿਹੀ ਸੀ। ਉਹ ਕਹਿੰਦਾ ਵੀ ਕੈਨ ਆਈ ਹੈਵ ਯੂਅਰ ਲੌਗ ਬੁੱਕ ਪਲੀਜ਼। ਉਹਨੇ ਕਿਹਾ ਵੀ ਇਹਨੂੰ ਕਿਹੜਾ ਪਤਾ ਲੱਗਣਾ, ਉਹਨੇ ਮੂੰਹ 'ਚ ਹੌਲੀ ਤਾਂ ਨਹੀਂ ਕਿਹਾ ਮਾਮਾ ਕਿਹੜੀ ਲਿਆਵਾਂ ਅਸਲੀ ਕਿ ਨਕਲੀ, ਉਹ ਕਹਿੰਦਾ ਭਾਜੀ ਦੋਨੋਂ ਹੀ ਲੈ ਆਓ, ਅਤੇ ਫਿਰ ਮਿੰਨਤਾਂ ਕਰਦਾ ਫਿਰੇ, ਮੈਂ ਦੇਖਿਆ ਨਹੀਂ ਜੀ, ਸੋਰੀ ਜੀ, ਸੋਰੀ ਸੋਰੀ। ਸੋ ਇਹ ਟ੍ਰੈਂਡ ਜਿਹੜਾ ਹੈਗਾ ਇਹ ਅਕਸਰ ਹੈਗਾ ਸਾਡੇ ਦੇ ਵਿੱਚ ਕਿ ਅੰਗਰੇਜ਼ੀ ਬੋਲ ਕੇ ਸਾਨੂੰ ਇਉਂ ਲੱਗਦਾ ਮਾੜੀ ਮੋਟੀ ਜਿਹਨੂੰ ਵੀ ਅੰਗਰੇਜ਼ੀ ਆਉਂਦੀ ਆ ਅਤੇ ਸਾਰੀ ਦੁਨੀਆ ਉਹਨੂੰ ਜੀ ਜੀ ਆਖ ਬੁਲਾਉਂਦੀ ਆ, ਇਹ ਹੈਗਾ ਥੋੜ੍ਹਾ ਜਿਹਾ। ਚਲੋ ਆਪਾਂ ਫਟਾਫਟ ਸਵਾਲ ਅਗਰੇ ਪੜ੍ਹੀਏ ਜਿਹੜੇ ਹੈਗੇ ਨੇ। ਇਹ ਹੈਗਾ ਜੀ ਰਜੇਸ਼ ਸ਼ਰਮਾ ਇੰਡੀਆਨਾ ਤੋਂ। ਉਹ ਕਹਿੰਦਾ ਜੀ ਮੈਂ ਲਵ ਮੈਰਿਜ ਕਰਵਾਈ ਹੈ ਅਤੇ ਤੁਸੀਂ ਇਸ ਨੂੰ ਕਾਮਯਾਬ ਕਰਨ ਦਾ ਕੋਈ ਤਰੀਕਾ ਦੱਸ ਸਕਦੇ ਹੋ? ਮੈਂ ਹੁਣ ਕੀ ਜਵਾਬ ਦੇਵਾਂ, ਲਵ ਮੈਰਿਜ ਹੋਵੇ ਚਾਹੇ ਅਰੇਂਜ ਮੈਰਿਜ ਹੋਵੇ, ਮੈਰਿਜ ਤਾਂ ਮੈਰਿਜ ਹੀ ਹੁੰਦੀ, ਵਿਆਹ ਵਿਆਹ ਹੀ ਹੁੰਦਾ। ਪਰ ਇਹ ਹੈ ਵੀ ਲਵ ਮੈਰਿਜ ਦੇ ਵਿੱਚ ਇਹ ਹੁੰਦਾ ਵੀ ਆਪੇ ਫਾਥੜੀਏ, ਤੈਨੂੰ ਕੌਣ ਛਡਾਵੇ, ਵੀ ਆਪੇ ਪੰਗਾ ਲਿਆ ਹੁੰਦਾ, ਹੁਣ ਛਡਾਵੇ ਕੌਣ? ਹੁਣ ਤਾਂ ਜਾ ਕੇ ਬੇਬੇ ਬਾਪੂ ਨੂੰ ਨਹੀਂ ਕਹਿ ਸਕਦੇ ਵੀ ਇਹ ਮੈਨੂੰ ਤੰਗ ਕਰਦੀ ਹੈ ਜਾਂ ਇਹ ਮੈਨੂੰ ਤੰਗ ਕਰਦਾ, ਕਿ ਅਗਲੇ ਕਹਿੰਦੇ ਵੀ ਆਪੇ ਪੰਗਾ ਲਿਆ ਆਪੇ ਕਰੋ। ਪਰ ਇਹ ਹੈ ਲਵ ਮੈਰਿਜ ਜਿਹੜੀ ਹੈ ਉਹਦੇ 'ਚ ਮੈਂ ਬਹੁਤ ਸਾਰੇ ਕੇਸ ਇਹੋ ਜਿਹੇ ਦੇਖੇ ਨੇ ਕਿ ਲਵ ਮੈਰਿਜ ਮੈਰਿਜ ਤੋਂ ਪਹਿਲਾਂ, ਲਵ ਲਵ ਵੇਲੇ, ਲਵ ਤੋਂ ਮੈਰਿਜ ਤੋਂ ਬਾਅਦ ਲਵ ਰਹਿੰਦਾ ਨਹੀਂ ਨਾ, ਫਿਰ ਮੈਂ ਉਹ ਪਹਿਲਾਂ ਪਹਿਲੇ ਹੁੰਦਾ, ਲਵ ਵੇਲੇ ਇੰਨਾ ਕੁ ਜ਼ਿਆਦਾ ਅਸੀਂ ਖਾਸ ਤੌਰ 'ਤੇ ਜਿਹੜੇ ਮੁੰਡੇ ਹੈਗੇ ਇੰਨਾ ਕੁ ਜ਼ਿਆਦਾ ਕੁੜੀਆਂ ਨੂੰ ਇੰਨਾ ਕੁ ਜ਼ਿਆਦਾ ਇੰਨੇ ਕੁ ਜ਼ਿਆਦਾ ਸੁਪਨੇ, ਇੰਨਾ ਕੁ ਜ਼ਿਆਦਾ ਉਹਨਾਂ ਦੇ ਕੇਅਰ ਵੀ ਪੈਰ ਭੁੰਜੇ ਨਾ ਰੱਖੂ ਤੇਰਾ ਮੈਲਾ ਪੈਰ ਹੋ ਜੂਗਾ, ਜੁਲਫਾਂ ਤੇਰੀਆਂ ਜੇ ਵੋ ਇੱਦਾਂ, ਪਤਾ ਨਹੀਂ ਅੱਖਾਂ ਤੇਰੀਆਂ ਝੀਲ ਅਰ ਗਈਆਂ, ਅਤੇ ਕਈ ਕੁਛ ਇਹੋ ਜਿਹਾ ਕਰਦੇ, ਵਿਆਹ ਤੋਂ ਬਾਅਦ ਫਿਰ ਉਹ ਪਤਾ ਨਹੀਂ ਕਿਉਂ ਸਾਰਾ ਕੁਛ ਉਲਟ ਜਿਹਾ ਲੱਗਣ ਲੱਗ ਪੈਂਦਾ। ਅਤੇ ਫਿਰ ਉਹ ਕਹਿੰਦੀ ਵੀ ਕਾਕਾ ਹੁਣ ਜਿਹੜੀਆਂ ਪਹਿਲਾਂ ਸੀ ਉਹੀ ਰੱਖਣਾ ਹਿਸਾਬ, ਪਰ ਬੰਦਾ ਕੋਈ ਸੀਗਾ ਵਿਆਹ ਤੋਂ ਪਹਿਲਾਂ, ਮਾਂ ਤਾਂ ਅਸੀਂ ਗੇੜੇ ਵੇ ਤਾਰੇ ਤੋੜ ਕੇ ਲਿਆਊਂ, ਤਰਲੀ ਮਰਲੀ ਇੱਕ ਵਾਰੀ ਵਿਆਹ ਕਰਾ ਲਵਾਂ, ਆਹ ਕਰ ਦੂੰ ਜੋ ਕਰ ਦੂੰ, ਤਾਰੇ ਤੋੜ ਕੇ ਲਿਆਊਂਗਾ ਤਾਂ ਫਲਾਨਾ ਅਤੇ ਧਮਕੜਾ। ਵਿਆਹ ਵੀ ਹੋ ਗਿਆ ਅਤੇ ਉਹਨੇ ਕਿਹਾ ਘਰ ਵਾਲੀ ਨੇ ਵੀ ਤੁਸੀਂ ਤਾਂ ਕਹਿੰਦੇ ਸੀ ਵਿਆਹ ਤੋਂ ਪਹਿਲਾਂ ਵੀ ਮੈਂ ਤੇਰੇ ਲਈ ਤਾਰੇ ਤੋੜ ਕੇ ਲਿਆਊਂਗਾ, ਅਤੇ ਹੁਣ ਤਾਰੇ ਤੂਰੇ ਕਿੱਧਰ ਗਏ? ਉਹ ਕਹਿੰਦਾ ਐਡੀ ਕਿਹੜੀ ਗੱਲ ਆ ਭਗਵਾਨ ਨੇ, ਹੁਣ ਤੋੜ ਦੇਣੇ ਆਪਾਂ,
ਬੰਦਾ ਸੀਗਾ ਤੇਜ਼, ਯਾਰਾਂ ਦੋਸਤਾਂ ਨਾਲ ਘੁੰਮਿਆ ਫਿਰਿਆ ਥਾਈਲੈਂਡ ਵਗੈਰਾ 15-20 ਦਿਨ, ਵਾਹਵਾ ਐਸ਼ੋਸ਼ ਕੀਤੀ, ਘੁੰਮ ਘੁੰਮ ਕੇ ਘਰੇ ਆ ਗਿਆ। ਅਤੇ ਉਹ ਕਹਿੰਦਾ ਵੀ ਘਰਵਾਲੀ ਕਹਿੰਦੀ ਲਿਆਏ ਨਹੀਂ ਤਾਰੇ ਤੋੜ ਕੇ? ਉਹ ਕਹਿੰਦਾ ਵੀ ਭਾਗਵਾਨ ਨੇ ਬਸ ਪੁੱਛਣਾ, ਮੈਂ ਨਾ ਪਹੁੰਚ ਗਿਆ ਸੀ ਔਖਾ ਸੌਖਾ, ਬੜੇ ਠੇਡੇ ਖਾ ਕੇ ਧੱਕੇ ਖਾ ਕੇ ਤਾਰਿਆਂ ਦੇ ਕੋਲ ਜਦ ਮੈਂ ਪਹੁੰਚ ਹੀ ਗਿਆ ਸੀ, ਜਦੋਂ ਮੈਂ ਪਹਿਲਾ ਤਾਰਾ ਤੋੜਨ ਲੱਗਾ ਤੇਰੇ ਵਾਸਤੇ। ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਯਾਰ ਮੈਂ ਤਾਰੇ ਪਾਉਣ ਨੂੰ ਕੁਛ ਲਿਆਇਆ ਹੀ ਨਹੀਂ, ਝੋਲਾ ਝੂਲਾ ਤਾਂ ਕੋਈ ਲਿਆਇਆ ਹੀ ਨਹੀਂ, ਨਾ ਕੋਈ ਬੈਗ ਲਿਆ ਅਤੇ ਪਾਊਂਗਾ 'ਚ। ਫਿਰ ਕਹਿੰਦਾ ਮੈਂ ਛੱਡ ਆਇਆ ਵੀ ਚਲੋ ਕੋਈ ਨਹੀਂ ਫੇਰ ਤੋੜ ਲਿਆਊਂਗਾ, ਐਡੀ ਕਿਹੜੀ ਗੱਲ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਸਾਡੇ ਨਾਲ ਸਾਰੀਆਂ ਜਿਹੜੀਆਂ ਹੈਗੀਆਂ ਨੇ। ਵਿਆਹ ਤੋਂ ਬਾਅਦ ਤਰੀਕਾ ਫਿਰ ਇਹੀ ਹੈ ਕਾਮਯਾਬ ਕਰਨ ਦਾ, ਤੇ ਇਹੀ ਤਰੀਕਾ ਕਿ ਹਰ ਗੱਲ 'ਤੇ ਜਾਂ ਬਿਨਾਂ ਗੱਲ ਤੋਂ ਸੌਰੀ ਕਹਿਣ ਦੀ ਆਦਤ ਪਾਓ, ਤਾਰੀਫ ਕਰਨ ਦੀ ਆਦਤ ਪਾਓ, ਚਾਹੇ ਰੋਟੀ ਸੜੀ ਹੋਈ ਹੋਵੇ, ਐਨ ਸੜੀ ਹੋਈ ਹੋਵੇ, ਉਹਨੂੰ ਬਸ ਇਹ ਹੀ ਕਹਿਣਾ ਤੁਸੀਂ, ਆਹ ਵੈਰੀ ਨਾਈਸ ਵੈਰੀ ਨਾਈਸ, ਦਿਸ ਇਜ਼ ਬਰਾਊਨ ਰੋਟੀ, ਆਈ ਲਾਈਕ ਇਟ, ਦਿਸ ਇਜ਼ ਬਰਾਊਨ ਬਰਾਊਨ ਰੋਟੀ, ਆਈ ਲਾਈਕ ਇਟ। ਸੋ ਇੱਦਾਂ ਹੈ, ਲੂਣ ਮਿਰਚ ਵੱਧ ਘੱਟ ਵੀ ਹੋਵੇ ਅਤੇ ਤਾਂ ਵੀ ਇਹ ਹੀ ਕਹਿਣਾ ਵੀ ਨਹੀਂ ਨਹੀਂ ਵੈਸੇ ਤਾਂ ਬਹੁਤ ਸਵਾਦ ਆ, ਬਸ ਮੈਨੂੰ ਹੀ ਲੱਗਦਾ ਹੋਣਾ ਲੂਣ ਜ਼ਿਆਦਾ। ਅਤੇ ਉਹ ਫਿਰ ਦੂਜੇ ਜਿਹੜੇ ਜਾਂ ਫਿਰ ਇਹ ਵੀ ਹੋ ਸਕਦਾ, ਇਹ ਵੀ ਮੈਂ ਇੱਕ ਘਰੇ ਦੇਖਿਆ ਸੀਗਾ, ਲੂਣ ਸੀ ਜ਼ਿਆਦਾ ਸਬਜ਼ੀ ਦੇ ਵਿੱਚ, ਅਤੇ ਮੁੰਡਾ ਜਿਹੜਾ ਸੀ ਬੱਚਾ ਉਹਨਾਂ ਦਾ, ਦੋਹਾਂ ਦਾ ਹਸਬੈਂਡ ਵਾਈਫ ਦਾ ਬੱਚਾ ਸੀ, ਅਤੇ ਉਹ ਹੁਣ ਪਰੇ ਨੂੰ ਕਰਤੀ ਸਬਜ਼ੀ, ਲੂਣ ਜ਼ਿਆਦਾ ਮੈਂ ਨਹੀਂ ਖਾਣਾ। ਉਹ ਕਰ ਲਈ ਕਹਿੰਦੀ ਵੀ ਤੂੰ ਕਹੀ ਇੰਨਾ ਜ਼ਿਆਦਾ, ਇਹ ਤਾਂ ਕੁਛ ਬੋਲੇ ਨਹੀਂ, ਇਹਨਾਂ ਨੇ ਤਾਂ ਕੁਛ ਕਿਹਾ ਨਹੀਂ। ਉਹ ਪੁੱਛਿਆ ਵੀ ਹਾਂਜੀ ਲੂਣ ਜ਼ਿਆਦਾ ਸਬਜ਼ੀ 'ਚ? ਉਹ ਕਹਿੰਦਾ ਨਹੀਂ ਮੇਰੇ ਵਾਸਤੇ ਠੀਕ ਹੀ ਹੈ, ਵੈਸੇ ਕਿਸੇ ਹੋਰ ਨੂੰ ਖਵਾ ਕੇ ਦੇਖ ਲਓ, ਮਤਲਬ ਸਿੱਧਾ ਨਹੀਂ ਕਹਿਣਾ ਵੀ ਲੂਣ ਜ਼ਿਆਦਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸੁਖੀ ਜੀਵਨ ਬਤੀਤ ਕਰਨ ਵਾਸਤੇ ਸਿਆਣੇ ਕਹਿ ਗਏ ਨੇ ਭਾਈ ਇਹਨਾਂ 'ਤੇ ਅਮਲ ਕਰੋ, ਲਵ ਮੈਰਿਜ ਹੋਵੇ ਚਾਹੇ ਅਰੇਂਜ ਮੈਰਿਜ ਹੋਵੇ, ਅਮਲ ਇਹਨਾਂ ਗੱਲਾਂ 'ਤੇ ਕਰਨਾ ਪੈਣਾ, ਧਿਆਨ ਇਹਨਾਂ ਗੱਲਾਂ ਦਾ ਹੀ ਰੱਖਣਾ ਪੈਣਾ। ਇੱਕ ਦੋ ਹੋਰ ਸਵਾਲ ਸੀਗੇ, ਇਸ ਕਰਕੇ ਉਹ ਅੱਜ ਹੁਣ ਜਵਾਬ ਨਹੀਂ ਦੇ ਹੋਣੇ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਵਾਲੇ ਵੀਜ਼ਾ ਪਾਸ ਵੀ ਜਾਣਾ ਹੈ, ਅਤੇ ਸਰਦਾਰ ਅਰਜਨ ਸਿੰਘ ਅੰਜਾਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਵੀ ਜ਼ਰੂਰ 5-7 ਮਿੰਟ ਜ਼ਰੂਰ ਕੋਈ ਨਾ ਕੋਈ ਜਿਹੜਾ ਕੀ ਕਹਿੰਦੇ ਹੁੰਦੇ ਆਪਣਾ ਗਿਆਨ ਦਾ ਖਜ਼ਾਨਾ ਉਹਨਾਂ ਕੋਲ ਹੈਗਾ, ਉਹਦੇ ਤੋਂ ਮਤਲਬ ਗਿਆਨ ਦਾ ਸਮੁੰਦਰ ਹੈਗਾ, ਉਹ ਤੋਂ 5-7 ਬੂੰਦਾਂ ਥੋੜ੍ਹੀਆਂ ਜਿਹੜੀਆਂ ਗਿਆਨ ਦੀਆਂ ਆਪਾਂ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਸੋ ਸਾਡਾ ਵੈਸੇ ਚੱਕਰ ਵੀ ਉੱਧਰ ਬਣਦਾ ਮਜੂਰੀ ਦਾ, ਮੇਰੇ ਖਿਆਲ ਮਾਰਚ ਅਪ੍ਰੈਲ ਦਾ ਸ਼ਾਇਦ ਬਣੇਗਾ, ਉੱਥੇ ਪ੍ਰੋਗਰਾਮ ਆ ਰਹੇ ਨੇ, ਅਤੇ ਫਿਰ ਲਾਈਵ ਵੀ ਤੁਹਾਨੂੰ ਅੰਜਾਨ ਸਾਹਿਬ ਨੂੰ ਦਿਖਾਵਾਂਗੇ। ਪਰ ਫਿਲਹਾਲ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ, ਅਤੇ ਨਾਲ ਦੇ ਨਾਲ ਤੁਹਾਡੇ ਕਾਲਾਂ ਦਾ ਸਿਲਸਿਲਾ ਵੀ ਜਿਹੜਾ ਥੋੜ੍ਹੀ ਦੇਰ ਤੱਕ ਸ਼ੁਰੂ ਕਰਾਂਗੇ। ਫਿਲਹਾਲ ਸਰਦਾਰ ਅਰਜਨ ਸਿੰਘ ਅੰਜਾਨ ਸਾਹਿਬ ਫੋਨ ਲਾਈਨ 'ਤੇ ਹੈਗੇ ਨੇ, ਉਹਨਾਂ ਦੇ ਵਿਚਾਰ ਜਾਣਦੇ ਹਾਂ, ਅਤੇ ਉਦੋਂ ਬਾਅਦ ਫਿਰ ਤੁਹਾਡੇ ਵਿਚਾਰਾਂ ਵਾਲੇ ਪਾਸੇ ਵੀ ਚੱਲਾਂਗੇ। ਜੀ ਅੰਜਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪੈਰੀ ਪਹਿਲਾਂ ਜੀ। ਓਕੇ, ਧੰਨਵਾਦ ਜੀ, ਜੀ ਸਾਹਿਬ ਜੀ ਬਹੁਤ ਬਹੁਤ ਸਵਾਗਤ ਜੀ। ਹਾਂਜੀ ਸਰ, ਠੀਕ ਠਾਕ ਜੀ? ਠੀਕ ਹੈ ਜੀ, ਸਮਾਂ ਜਿਹੜਾ ਬੀਤਦਾ ਜਾਂਦਾ ਜੀ, ਅਪਾਰ ਕਿਰਪਾ ਦਾਤੇ ਜੀ। ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ, ਕੋਈ ਗੱਲ ਬਹੁਤਾ ਵਧੀਆ ਨਹੀਂ ਲੱਗਦਾ ਜੇ ਨਾ ਸੂਤ ਹੋਵੇ ਤਾਂ ਭਾਵੇਂ ਬੱਚੇ ਕੱਟ ਲਿਓ। ਨਹੀਂ ਨਹੀਂ ਕੋਈ ਨਹੀਂ, ਠੀਕ ਲੱਗਦਾ, ਆਵਾਜ਼ ਠੀਕ ਆ ਰਹੀ ਹੈ। ਤਾਂ ਸੋਹਲੜੀ ਸੋਹਲੜੀ ਮੇਰੇ ਬੰਕ ਦੁਆਰੇ ਰਾਮ ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ ਰਾਮ ਸੰਤ ਪਿਆਰੇ ਰਾਮ ਮੇਰੇ ਸੰਤ ਪਿਆਰੇ ਰਾਮ। ਜਗੀ ਸਾਹਿਬ ਜੀ, ਪਹਿਲਾਂ ਇਸ ਤੋਂ ਸਭ ਆਪ ਨੂੰ ਸਾਰੇ ਪਿਆਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਕਲਿਆਣ ਸਾਹਿਬ ਜੀ। ਤੇ ਪਹਿਲਾਂ ਅਨੇਕਾਂ ਸਦੀਆਂ ਤੋਂ ਪਹਿਲਾਂ ਜੀ ਕਾਂਸੀ ਸਨਾਤਨ ਮਤ ਦਾ ਕੇਂਦਰ ਰਿਹਾ, ਵਿਦਿਆਵਾਨ ਵੀ ਤੇ ਅਮੀਰ ਵੀ ਜੀ ਜੀ। ਇਹ ਬ੍ਰਾਹਮਣ ਸਮਾਜ ਖੁਸ਼ ਦਿਲ ਵੀ ਸੀ, ਇਹਨਾਂ ਨੂੰ ਵਿਦਿਆ ਪੜ੍ਹਨ ਪੜ੍ਹਾਉਣ ਦਾ ਸਾਰਾ ਸੀ, ਤੇ ਸਾਰੇ ਸਮਾਜ ਦੀ ਪੜ੍ਹਨ ਦੀ ਇਹਨਾਂ ਨੂੰ ਪੂਰੀ ਹਮਾਇਤ ਸੀ, ਅਮੀਰ ਵੀ ਸੀ ਆਪ ਸਾਰੇ ਜੀ। ਅਮੀਰ ਹੋਣ ਕਰਕੇ, ਵਿਦਿਆਵਾਨ ਹੋਣ ਕਰਕੇ ਇਹਨਾਂ ਨੂੰ ਸਰਕਾਰੀ ਦਰਬਾਰੇ ਵੀ ਨਵਾਜਿਆ ਗਿਆ। ਅੱਛਾ ਜੀ, ਜਦੋਂ ਸਰਕਾਰੀ ਦੁਆਰੇ ਵੀ ਨਵਾਜਿਆ ਗਿਆ ਚੰਗੀ ਤਰ੍ਹਾਂ, ਤੇ ਫੇਰ ਇਹ ਲਾਲਚੀ ਤੇ ਹੰਕਾਰੀ ਹੋ ਗਏ। ਕੁਦਰਤੀਆਂ ਜਦੋਂ ਮਾਣ ਮਿਲ ਜਾਏ ਜ਼ਿਆਦਾ ਉਦੋਂ ਸੰਭਲਣਾ ਹੋ ਗਿਆ, ਤੇ ਉਦੋਂ ਫੇਰ
ਇਹਨਾਂ ਨੇ ਇੱਕ ਮਨੂ ਸਿਮਰਤੀਆਂ ਕਾਨੂੰਨ ਬਣਾਇਆ। ਮਨੂ ਸਿਮਰਤੀਆਂ ਸਿਮਰਤੀਆਂ ਕਾਨੂੰਨ ਬਣਾਇਆ ਜੀ, ਜਿਹਦੇ ਵਿੱਚ ਤਕਰੀਬਨ 11 ਕਰੋੜ ਦੇ ਲਗਭਗ ਮਨੁੱਖਤਾ ਨੂੰ ਪੂਰੇ ਅਧਿਕਾਰਾਂ ਤੋਂ ਨੀਵੇਂ ਦੱਸਿਆ ਗਿਆ। ਉਹਨਾਂ ਨੂੰ ਕਿਹਾ ਗਿਆ ਇਹ ਸੂਤ ਸ਼ੂਦਰ ਤੇ ਦਲਿਤ ਜਾਤੀਆਂ ਜੀ ਜੀ, ਅਸੂਤ ਦਲਿਤ ਇਹ ਜਾਤੀਆਂ ਇਹਨਾਂ ਇਹ ਤਿੰਨ ਬਣਾਈਆਂ ਤੇ ਇਹ ਤਕਰੀਬਨ ਸਾਰੇ ਭਾਰਤ ਚ ਲਗਭਗ 11 ਕਰੋੜ ਦੀ ਜਨਤਾ ਉਦੋਂ ਬਣੀ। ਅੱਛਾ ਜੀ। ਇਹਨਾਂ ਨੂੰ ਨਾ ਤੇ ਮੰਦਰ ਚ ਜਾਣ ਦਾ ਅਧਿਕਾਰ ਰਹਿ ਦਿੱਤਾ ਜੀ, ਨਾ ਵਿਦਿਆ ਪੜ੍ਹਨ ਦਾ, ਨਾ ਸੁਣਨ ਦਾ, ਨਾ ਕਿਸੇ ਮੰਦਰ ਚ ਜਾਣ ਦਾ। ਜੇ ਕੋਈ ਉਦਮ ਕਰਦਾ ਤੇ ਉਹਨੂੰ ਪੂਰੀ ਤਕੜੀ ਸਜ਼ਾ ਦਿੱਤੀ ਜਾਂਦੀ ਜੀ। ਪਰ ਇਹ ਗੱਲ ਭਾਵੇਂ ਗਰੀਬ ਵੀ ਹੋਏ ਜੇ ਇਨਸਾਨ ਆ ਉਹਨੂੰ ਦੁੱਖ ਦੀ ਤੇ ਹੈ। ਫਿਰ ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਉਸ ਸਮਾਜ ਉਦੋਂ ਸਮਾਜ ਚ ਭਗਤ ਰਵਿਦਾਸ ਜੀ ਹੋਂਦ ਚ ਆਏ ਜੀ, ਜਿਨ੍ਹਾਂ ਦਾ ਥੋੜੇ ਦਿਨ ਜਨਮ ਦਿਹਾੜਾ ਜੀ ਜੀ। ਹਾਂ ਜੀ। ਉਹਨਾਂ ਦੀ ਸ਼ੋਭਾ ਜਦੋਂ ਹੋਈ ਉਹਨਾਂ ਚੰਗੀ ਤਰ੍ਹਾਂ ਪੂਰਾ, ਇਹ ਪਹਿਲਾਂ ਵੀ ਰਾਮਾਨੰਦ ਜੀ ਦੇ ਸੇਵਕ ਸੀ ਤੇ ਇਹਨਾਂ ਦਾ ਇਹ ਦੂਸਰਾ ਜਨਮ ਸੀ, ਇਹ ਵੀ ਫਿਰ ਵੀ ਉਹਨਾਂ ਦੇ ਸੇਵਕ ਸੀ। ਅੱਛਾ ਜੀ। ਹਾਂਜੀ। ਤੇ ਇਹ ਫਿਰ ਭਗਤੀ ਵੀ ਕਰਦੇ ਸੀ ਪੂਰੀ ਮਹਾਨਤਾ ਨਾਲ, ਐ ਇਹਨਾਂ ਦੀ ਲਿਵ ਭਗਵਾਨ ਨਾਲ ਜੁੜ ਗਈ ਜੀ। ਜਦੋਂ ਇਹਨਾਂ ਨੇ ਫਿਰ ਮੂਰਤੀਆਂ ਵੀ ਰੱਖੀਆਂ, ਮੰਦਰ ਵੀ ਬਣ ਗਿਆ, ਤੇ ਇਹਨਾਂ ਦੀ ਸ਼ੋਭਾ ਹਰ ਵਰਗ ਦੇ ਲੋਕ ਭਗਤ ਜੀ ਨੂੰ ਗੁਰੂ ਵੀ ਧਾਰਨ ਕਰਨ ਲੱਗ ਗਏ। ਅੱਛਾ ਜੀ। ਜਦੋਂ ਗੁਰੂ ਵੀ ਧਾਰਨ ਲੱਗ ਗਏ ਕਰਨ, ਤੇ ਜਿਹੜੇ ਕਾਂਸੀ ਦੇ ਬ੍ਰਾਹਮਣ ਵਿਦਵਾਨ ਸੀ ਉਹਨਾਂ ਨੂੰ ਇਹ ਗੱਲ ਬੜੀ ਮਾੜੀ ਲੱਗੀ। ਜਦੋਂ ਮਾੜੀ ਲੱਗੀ ਉਹਨਾਂ ਇਹਨਾਂ ਦੀ ਸ਼ਿਕਾਇਤ ਕਾਂਸੀ ਦੇ ਨਵਾਬ ਜੀ ਕੋ ਕੀਤੀ। ਅੱਛਾ ਜੀ। ਤੇ ਇਹ ਸ਼ੂਦਰ ਆ, ਤੇ ਸ਼ੂਦਰ ਨੂੰ ਤਾਂ ਕੋਈ ਹੱਕ ਨੀ ਗਾ ਮੰਦਰ ਵਿਚ ਜਾਣ ਦਾ, ਵਿਦਿਆ ਪੜ੍ਹਨ ਦਾ, ਸੁਣਨ ਦਾ। ਤੇ ਇਹ ਸਾਡਾ ਤਾਂ ਧਰਮ ਭ੍ਰਿਸ਼ਟ ਕਰਦੇ ਆ, ਜੇ ਧਰਮ ਭ੍ਰਿਸ਼ਟ ਹੋ ਗਿਆ ਫਿਰ ਸਾਡਾ ਕੀ ਬਣੂ ਜੀ। ਉਹਨਾਂ ਸਾਰਿਆਂ ਇਕੱਠੇ ਹੋ ਕੇ ਲਿਖਤੀ ਸ਼ਿਕਾਇਤ ਉਥੋਂ ਦੇ ਨਵਾਬ ਕੋ ਕੀਤੀ ਵੀ ਇਹਨਾਂ ਨੂੰ ਕੋਈ ਹੱਕ ਨਹੀਂ, ਇਹ ਮੂਰਤੀਆਂ ਰੱਖ ਕੇ ਸਾਡੀ ਨਕਲ ਕਰਦੇ ਆ, ਸਾਡਾ ਧਰਮ ਭ੍ਰਿਸ਼ਟ ਕਰਦੇ ਆ, ਇਹਨਾਂ ਦੀ ਦੁਕਾਨ ਬੰਦ ਕਰਾਓ। ਜੇ ਧਰਮ ਭ੍ਰਿਸ਼ਟ ਹੋ ਗਿਆ ਤੇ ਫੇਰ ਕਹਿੰਦੇ ਨਵਾਬ ਜੀ ਪਰਲੋ ਆਈ ਕਿ ਆਈ ਸਮਝੋ। ਅੱਛਾ ਜੀ। ਉਹ ਕਹਿੰਦੇ ਜੀ ਰਾਮਜਨ, ਉਹਨਾਂ ਭਗਤ ਜੀ ਨੂੰ ਸੱਦ ਲਿਆ ਤੇ ਉਹ ਕਹਿੰਦੇ ਰਾਮਜਨ ਤੁਸੀਂ ਕ੍ਰਿਸ਼ਨ ਜੀ ਦੇ ਤੇ ਰਾਮ ਜੀ ਦੇ ਭਗਤ ਆ ਸਾਰੇ, ਤੇ ਮੈਂ ਤੇ ਭਗਤ ਨੀ, ਮੈਂ ਤੇ ਇੱਕ ਮਾਮੂਲੀ ਬੰਦਾ ਵਾ। ਉਹ ਖੁਦਾ ਦੇ ਭੈ ਵਾਲੇ ਸੀ ਨਵਾਬ ਜੀ, ਕਹਿੰਦਾ ਵੀ ਮੈਂ ਆਪ ਤੇ ਫੈਸਲਾ ਦੇ ਨੀ ਸਕਦਾ, ਏਦਾਂ ਕਰਦੇ ਵੀ ਮੂਰਤੀਆਂ ਮੰਦਰ ਚੋਂ ਚੁਕਾ ਕੇ ਭਗਤ ਜੀ ਨੂੰ ਛੱਡ ਲਿਆ। ਅੱਛਾ ਜੀ। ਤੇ ਭਗਤ ਜੀ ਕਹਿੰਦੇ ਜੀ ਵੀ ਮੇਰੇ ਵੱਲੋਂ ਤੇ ਜੋ ਤੁਸੀਂ ਚਾਹੁੰਦੇ ਆ ਉਹ ਕਰ ਲਓ, ਮੈਂ ਤੇ ਮੇਰੇ ਵੱਲੋਂ ਕੋਈ ਇਨਕਾਰੀ ਨਹੀਂ ਹੈਗੀ ਜੀ। ਪੰਡਿਤਾਂ ਨੂੰ ਸੱਦ ਕੇ ਉਹ ਤਾਂ ਉੱਥੇ ਪਹਿਲੇ ਇਹਨਾਂ ਨੂੰ ਵੀ ਤਲਬ ਕਰ ਲਿਆ ਤੇ ਇਹਨਾਂ ਨੂੰ ਫੈਸਲਾ ਸੁਣਾ ਤਾ ਨਵਾਬ ਜੀ ਨੇ ਵੀ ਮੈਂ ਤੇ ਮਾਮੂਲੀ ਖੁਦਾ ਦਾ ਬੰਦਾ, ਮੈਂ ਭਗਤ ਨੀ, ਤੁਸੀਂ ਸਾਰੇ ਭਗਤ ਆ, ਏਦਾਂ ਕਰਦੇ ਆ, ਕਹਿੰਦਾ ਵੀ ਮੰਦਰ ਚੋਂ ਭਗਤ ਦੇ ਮੂਰਤੀਆਂ ਚੁਕਾ ਕੇ ਗੰਗਾ ਦੇ ਦੂਏ ਬੰਨੇ ਰੱਖ ਦਿੰਦੇ ਆ। ਅੱਛਾ ਜੀ। ਤੇ ਉਧਰੋਂ ਤੇ ਤੁਸੀਂ ਆਪਦੇ ਪਿਆਰ ਨਾਲ ਆਪਦੇ ਮਿਸ਼ਨ ਨਾਲ ਯਾਦ ਕਰਕੇ ਜੇ ਤੇ ਤੁਹਾਡੇ ਆਖੇ ਮੂਰਤੀਆਂ ਆ ਗਈਆਂ ਜੀ ਤੇ ਫਿਰ ਤੁਹਾਡੀਆਂ, ਤੇ ਜੇ ਭਗਤ ਜੀ ਨੂੰ ਕਹੋਗੇ ਜੇ ਇਹਨਾਂ ਦੇ ਆ ਗਈਆਂ
ਤੇ ਫਿਰ ਉਹਨਾਂ ਦਾ ਵੀ ਹਿੱਸਾ ਫਿਰ ਅੱਧੋ ਅੱਧ ਕਰ ਦਿਆਂਗੇ, ਕਹਿੰਦਾ ਮੈਂ ਤਾਂ ਇਹੀ ਕਰ ਸਕਦਾ। ਅੱਛਾ ਜੀ, ਨਾਲੇ ਉਹਨਾਂ ਦੀ ਸਿਆਣਪ ਇਹ ਸੀ ਵੀ ਫਿਰ ਦੋਵਾਂ ਦੀ ਪਰਖ ਹੋ ਜੂ ਵੀ ਜੇ ਮੂਰਤੀਆਂ ਕੋ ਕਰਦੀਆਂ ਜਾਂ ਇਹ ਵੀ ਕਰਦੇ ਆ ਕਿ ਉਹ ਓਦਾਂ ਹੀ ਮੱਥਾ ਟੇਕੀ ਜਾਂਦੇ, ਦੁਨੀਆਂ ਨੂੰ ਕੁਛ ਬਣਾਈ ਜਾਂਦੇ, ਨਾਲੇ ਇਹਨਾਂ ਦਾ ਨਿਤਾਰਾ ਹੋ ਜੂਗਾ। ਕੀ ਬਾਤ ਹੈ ਜੀ, ਬੜੀ ਸੋਚ ਸੀ ਨਵਾਬ ਜੀ ਦੀ ਵਧੀਆ। ਤੇ ਪੰਡਿਤ ਸਾਹਿਬਾਨਾਂ ਨੂੰ ਮਾਣ ਸੀ ਵੀ ਅਸੀਂ ਤੇ ਚਾਰ ਚਾਰ ਵਜੇ ਗੰਗਾ ਜੀ ਦੇ ਇਸ਼ਨਾਨ ਕਰਦੇ ਹਾਂ ਤੇ ਇੰਨੇ ਮੰਤਰ ਪੜ੍ਹਦੇ ਹਾਂ, ਸਾਰੇ ਉਹਦੀ ਮਿੱਢਿਆ ਪੜ੍ਹਦੇ ਹਾਂ, ਇਹ ਚਮਾਰ ਕੇ ਇਹਨੂੰ ਕੀ ਪਤਾ ਇਹ ਤਾਂ ਨਕਲੀ ਕਰਦਾ ਸਾਡੀ ਜੀ। ਪੰਡਿਤ ਸਾਹਿਬਾਨਾਂ ਤੇ ਬਹੁਤ ਖੁਸ਼ ਹੋ ਗਏ, ਮੰਨਣ ਲਿਆ ਵੀ ਭਗਤ ਜੀ ਨੇ ਨਮਸਕਾਰ ਕਰਤਾ ਜੀ, ਸਤ ਕਰਤਾ, ਮੈਂ ਲੈ ਲਓ ਜਿੱਦਾਂ ਮਰਜ਼ੀ ਕਰ ਲਓ। ਮੂਰਤੀਆਂ ਚੌਂਕੀ ਸਾਰੀ ਗੰਗਾ ਜੀ ਦੂਸਰੇ ਪਾਰ ਰਖਾਈਆਂ ਗਈਆਂ, ਇੱਧਰ ਦੁਨੀਆਂ ਦਾ ਵੀ ਸ਼ਹਿਰ ਦਾ ਸਾਰਿਆਂ ਦਾ ਵੀ ਦੇਖੋ ਵੀ ਕੀ ਬਣਦਾ ਅੱਜ। ਪਹਿਲਾਂ ਪੰਡਿਤ ਜੀ ਉਹਨਾਂ ਨੂੰ ਦਿੱਤਾ ਗਿਆ ਟਾਈਮ, ਦੋ ਘੰਟੇ ਪੰਡਿਤ ਜੀ ਉਹਨਾਂ ਨੇ ਆਪ ਦੀਆਂ ਜੋ ਉਹਨਾਂ ਦੀਆਂ ਹਦਾਇਤਾਂ ਸੀ, ਕਾਰਵਾਈਆਂ ਸੀ, ਉਹਨਾਂ ਨੇ ਸਾਰੀਆਂ ਪੜ੍ਹੀਆਂ, ਸਾਰੇ ਮੰਤਰ ਪੜ੍ਹੇ, ਯਾਦ ਕੀਤਾ, ਨਾਲੇ ਉਹਨਾਂ ਨੂੰ ਪਤਾ ਵੀ ਸਾਨੂੰ ਤਾਂ ਹੋਰ ਵੀ ਮੰਤਰ ਅੱਜ ਤਾਂ ਸਾਡੇ ਕੋਲ ਤਾਂ ਭੱਜ ਕੇ ਆ ਜਾਣਾ ਮੰਤਰ। ਪਰ ਦੋ ਘੰਟੇ ਬਾਅਦ ਨਾ ਮੂਰਤੀਆਂ ਹਿੱਲੀਆਂ ਤੇ ਨਵਾਂ ਹੋਇਆ ਤੇ ਪੰਡਿਤ ਜੀ ਹੋਣਾ ਫਿਰ ਹੱਥ ਜੋੜਤਾ ਜੀ, ਅੱਜ ਕੱਲ ਕਹਿੰਦਾ ਬਈ ਪੱਥਰ ਮੂਰਤੀਆਂ, ਕਹਿੰਦਾ ਬਈ ਆਪਦੇ ਮਤੇ ਕਹਿੰਦਾ ਬਈ ਸਾਨੂੰ ਪਾਰ ਉਤਾਰਾ ਕਰਦੀਆਂ, ਸਾਡੀ ਕੋਲ ਘੱਟ ਗੱਲ ਚੱਲਦੀ ਆ। ਅੱਛਾ ਜੀ, ਤੇ ਫਿਰ ਨਵਾਬ ਜੀ ਨੇ ਕਿਹਾ ਭਗਤ ਜੀ ਨੂੰ ਬਈ ਭਗਤ ਜੀ ਹੁਣ ਤੁਸੀਂ ਕਰੋ ਜੀ। ਫਿਰ ਭਗਤ ਜੀ ਹੁਣ ਚੌਂਕੜਾ ਲਾ ਲਿਆ, ਚੌਂਕੜਾ ਲਾ ਕੇ ਤੇ ਉਹਨਾਂ ਤਿੰਨ ਸ਼ਬਦ ਗਾਏ ਸੀ। ਅੱਛਾ ਜੀ, ਤੇ ਮੈਂ ਇੱਕ ਹੀ ਸ਼ਬਦ ਆਪਦੇ ਸਾਹਮਣੇ ਕਹੂੰਗਾ ਉਹਨਾਂ ਦਾ। ਉਹਨਾਂ ਦਾ ਪਹਿਲਾਂ ਸੀਗਾ ਬੋਲ ਕੇ ਦੱਸ ਦਿਓ ਬੇਸ਼ੱਕ ਅੰਜਾਨ ਸਰ ਜ਼ਿਆਦਾ ਲੱਗਦਾ। ਹਾਂਜੀ ਹਾਂਜੀ ਹਾਂਜੀ, ਮੈਂ ਜੀ ਮੇਰੀ ਯਾਦ ਕਮੀਨੀ ਪਾਤ ਕਮੀਨੀ ਉਛਾ ਜਨਮ ਹਮਾਰਾ ਤੁਮ ਸਿਰ ਨਾਗ ਰਾਜਾ ਰਾਮ ਚੰਦ ਕਹਿ ਰਮਦਾਸ ਚਮਾਰਾ ਜੀ ਹੱਸ ਪਈਆਂ ਓ ਹੱਸ ਪਈਆਂ ਮੋਰ ਤੀਆਂ ਜਦੋਂ ਸ਼ਬਦ ਪੰਤ ਨੇ ਗਾਇਆ ਜੀ ਹੱਸ ਪਈਆਂ। ਇਹਦੇ ਵਿੱਚ ਆਉਂਦਾ ਤੇ ਇੱਕ ਭਗਤ ਜੀ ਨੇ ਮੈਂ ਤੇ ਅੱਗੇ ਹੀ ਚਮਾਰਿਆ, ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਅੱਗੇ ਮੈਂ ਤੁਹਾਡੇ ਆਸਰੇ ਹੀ ਚੱਲਦਾ, ਪਰ ਜਦੋਂ ਚੌਂਕੜਾ ਲਾ ਕੇ ਭਗਤ ਜੀ ਨੇ ਗੀਤ ਗਾਇਆ ਤੇ ਮੂਰਤੀਆਂ ਮੁਸਕਰਾਈਆਂ ਪਹਿਲਾਂ, ਅੱਛਾ ਜੀ, ਫਿਰ ਹੱਸੀਆਂ। ਗੰਗਾ ਮਈਆ ਦਾ 4 ਫੁੱਟ ਪਾਣੀ ਉਦੋਂ ਉੱਤੇ ਚੜ ਕੇ ਆ ਗਿਆ ਸੀ। ਅੱਛਾ ਜੀ, ਤੇ ਉਹਨਾਂ ਇਹ ਗਾਇਆ ਮੇਰੀ ਜਾਤ ਕਮੀਨੀ ਪਾਤ ਕਮੀਨੀ ਉਛਾ ਜਨਮ ਮਾਰਾ ਤੁਮ ਸਿਰ ਨਾਗ ਤੇ ਰਾਜਾ ਰਾਮ ਚੰਦ ਕਹਿ ਰਮਦਾਸ ਚਮਾਰਾ ਜੀ ਹੱਸ ਪਈਆਂ ਓ ਹੱਸ ਪਈਆਂ ਮੋਰ ਤੀਆਂ ਜਦੋਂ ਗੀਤ ਭਗਤ ਨੇ ਗਾਇਆ ਹਮ ਸਰ ਨਾਗਤ ਦੀਨ ਦਿਆਲ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਹਾ ਕੀ ਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਜਨ ਕੋ ਪੂਰਨ ਦੀਜੈ ਜੀ ਹੱਸ ਪਈਆਂ ਓ ਹੱਸ ਪਈਆਂ ਮੋਰ ਤੀਆਂ ਜਦੋਂ ਸ਼ਬਦ ਭਗਤ ਨੇ ਗਾਇਆ ਜੀ ਹੱਸ ਪਈਆਂ। ਜੀ ਅੰਜਾਰ ਸਾਹਿਬ, ਜੇ ਲੰਬਾ ਤਾਂ ਆਪਾਂ ਬ੍ਰੇਕ ਲੈਣੀ ਪੈਣੀ। ਬਹੁਤ ਜਨਮ ਬਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੀ ਕਹਿ ਰਵਦਾਸ ਆਸ ਲਗ ਜੀਉ ਚਿਰ ਪਿਉ ਦਰਸ਼ਨ ਦੇਖੀ ਜੀ ਚਿਰ ਪਿਉ ਜਰਨ ਚਿਰ ਪਿਉ ਦ
ਦਰਸ਼ਨ ਦੇਖੀ ਜੀ ਹੱਸ ਪਈਆਂ, ਓ ਹੱਸ ਪਈਆਂ ਮੂਰਤੀਆਂ, ਜਦੋਂ ਸ਼ਬਦ ਭਗਤ ਨੇ ਗਾਇਆ ਜੀ ਹੱਸ ਪਈਆਂ ਮੂਰਤੀਆਂ। ਫਿਰ ਉਹਨਾਂ ਚ ਉਹਨੂੰ ਭਗਤ ਜੀ ਦੇ ਗੋਦ ਚ ਆ ਗਈਆਂ ਸੀ ਤੇ ਪੰਡਿਤਾਂ ਨੂੰ ਹਾਰ ਮਿਲੀ ਨਮਸਕਾਰ ਕੇ, ਉਦੋਂ ਉੱਠ ਕੇ ਚੱਲ ਗਏ ਤੇ ਭਗਤ ਨੂੰ ਨਵਾਜਿਆ ਗਿਆ ਜੀ। ਧੰਨਵਾਦ, ਬਹੁਤ ਮਿਹਰਬਾਨੀ, ਬਹੁਤ ਵਧੀਆ ਸਿੱਖਿਆ ਦਾਇਕ ਗੱਲਾਂ, ਬੜਾ ਕੁਛ ਸਿਖਾਉਂਦੀਆਂ ਨੇ ਇਹ ਗੱਲਾਂ। ਸ਼ਰਧਾ ਅਤੇ ਸਬਰ ਜਿਹੜਾ ਹੈਗਾ ਉਹ ਕਿਤੇ ਵੀ ਹੋਵੇ ਉਹ ਜ਼ਰੂਰ ਕੁਛ ਨਾ ਕੁਛ ਚੰਗਾ ਹੀ ਹੁੰਦਾ ਹੈਗਾ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਹੁਣ ਚੱਲਦੇ ਹਾਂ ਆਪਾਂ ਅੱਜ ਦੇ ਪ੍ਰੋਗਰਾਮ ਵੱਲ। ਪਹਿਲਾਂ ਮੈਂ ਬੇਨਤੀ ਕਰ ਦੇਵਾਂ ਸਾਡੇ ਦਰਸ਼ਕਾਂ ਨੂੰ, ਜਦੋਂ ਅਣਜਾਣ ਸਾਹਿਬ ਗੱਲ ਕਰਦੇ ਸੀ ਤਾਂ ਬਹੁਤ ਸਾਰੀਆਂ ਕਾਲਾਂ ਆਈਆਂ ਅਤੇ ਘੱਟ ਗਈਆਂ, ਯਾਨੀ ਕਿ ਡਰੋਪ ਹੋ ਗਈਆਂ, ਕਿਉਂਕਿ ਮੈਂ ਉਹਨਾਂ ਨੂੰ ਹੋਲਡ ਨਹੀਂ ਕੀਤਾ ਸੀ। ਮੈਂ ਹੋਲਡ ਵਿੱਚੋਂ ਅਣਜਾਣ ਸਾਹਿਬ ਨੂੰ ਰੋਕ ਕੇ ਹੋਲਡ ਕਰਨੀਆਂ ਮੁਨਾਸਿਬ ਨਹੀਂ ਸਮਝੀਆਂ। ਸੋ ਹੁਣ ਕਾਲ ਕਰਕੇ ਆਪਾਂ ਗੱਲਬਾਤ ਜਿਹੜੀ ਕਰ ਸਕਦੇ ਹਾਂ। ਵਿਸ਼ਾ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ, ਆਪਾਂ ਗੱਲ ਕਰਦੇ ਹੁੰਦੇ ਅਕਸਰ ਅੱਜ ਦੇ ਦਿਨ ਰਿਸ਼ਤਿਆਂ ਦੀ ਜਾਂ ਰੀਤੀ ਰਿਵਾਜਾਂ ਦੀ। ਰਿਸ਼ਤਿਆਂ ਦੀ ਗੱਲ ਕਰੀਏ ਤਾਂ ਰਿਸ਼ਤਿਆਂ ਦੀ ਮੁਕਤ ਜਿਹੜੀ ਆ ਪਹਿਲਾਂ ਵਰਗੀ ਨਹੀਂ ਰਹੀ, ਵੈਲਿਊ ਰਿਸ਼ਤਿਆਂ ਦੀ ਪਹਿਲਾਂ ਵਰਗੀ ਨਹੀਂ ਰਹੀ। ਪਹਿਲਾਂ ਤਾਂ ਦੂਰ ਨੇੜੇ ਦੇ ਰਿਸ਼ਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਜਾਂਦਾ ਸੀ। ਜਿਹੜੇ ਕਲੋਜ਼ ਰਿਲੇਸ਼ਨ ਨੇ ਉਹ ਰਿਸ਼ਤੇ ਤਾਂ ਕਿਤੇ ਦੀ ਕਿਤੇ ਕਿੰਨੇ ਪਾਕ ਪਵਿੱਤਰ, ਕਿੰਨੇ ਵਧੀਆ ਰਿਸ਼ਤੇ ਹੁੰਦੇ ਸੀਗੇ। ਪਰ ਸਾਰੇ ਰਿਸ਼ਤਿਆਂ ਦੇ ਵਿੱਚੋਂ ਇੱਕ ਰਿਸ਼ਤਾ ਜਿਹੜਾ ਜਿਹਦੀ ਸਭ ਤੋਂ ਵੱਧ ਕਹਿੰਦੇ ਵੈਲਿਊ ਹੁੰਦੀ ਹੈ, ਉਸ ਰਿਸ਼ਤੇ ਦੀ ਸਭ ਤੋਂ ਵੱਧ ਵੁਕਤ ਹੁੰਦੀ ਹੈ, ਉਹ ਆਪਾਂ ਗੱਲ ਕਰਨੀ। ਵੈਸੇ ਤਾਂ ਕਿਸੇ ਵੀ ਰਿਸ਼ਤੇ ਦੀ ਗੱਲ ਆਪਾਂ ਕਰ ਸਕਦੇ, ਕਿਸੇ ਵੀ ਰਿਸ਼ਤੇ ਦੀ ਵੁਕਤ ਦੀ ਗੱਲ ਕਰ ਸਕਦੇ, ਵੈਲਿਊ ਦੀ ਗੱਲ ਕਰ ਸਕਦੇ, ਪਰ ਮੈਂ ਜਿਹੜੇ ਰਿਸ਼ਤੇ ਦੀ ਗੱਲ ਕਰਨ ਲੱਗਾ ਨਾਲ ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਜਾਊਂਗਾ, ਉਹ ਕਰਨ ਲੱਗੇ ਜੀਜੇ ਦੀ, ਜਿਹਨੂੰ ਕਹਿ ਕੇ ਬੁਲਾਉਂਦੇ ਭਾਈਆ ਭਾਈ ਮਿੱਤਰੋ, ਹੁੰਦੀ ਸਹੁਰਿਆਂ 'ਚ ਜੀਜੇ ਦੀ ਚੜ੍ਹਾਈ ਮਿੱਤਰੋ, ਹੁੰਦੀ ਸੀ ਕਹਿ ਸਕਦੇ। ਹੁਣ ਤਾਂ ਅੱਜ ਕੱਲ੍ਹ ਤਾਂ ਜੀਜਾ ਲਫ਼ਜ਼ ਖਤਮ ਹੋ ਗਿਆ, ਪਹਿਲਾਂ ਕਿੰਨੇ ਪਿਆਰ ਦੇ ਨਾਲ ਸਿਰਫ ਜਿਹੜੇ ਉਹਦੇ ਸਾਲੇ ਸਾਲੀਆਂ ਉਹ ਹੀ ਨਹੀਂ, ਆਂਢ ਗਵਾਂਢ ਦੂਰ ਨੇੜੇ ਦੇ ਸਭ ਲੋਕ ਜੀਜਾ ਜੀ ਕਹਿ ਕੇ ਬੁਲਾਉਂਦੇ ਸੀ, ਤਾਂ ਉਹ ਜੀਜਾ ਜੀ ਫੁੱਲੇ ਨਹੀਂ ਸਮਾਉਂਦੇ ਸੀਗੇ। ਅੱਜ ਕੱਲ੍ਹ ਉਹ ਗੱਲ ਨਹੀਂ ਰਹੀ, ਪਹਿਲਾਂ ਜਦੋਂ ਜਾਂਦਾ ਸੀ ਜੀਜਾ ਆਪਣੇ ਸਹੁਰਿਆਂ ਦੇ, ਜਾਣੀ ਕਿ ਅਤੇ ਬੜਾ ਧਿਆਨ ਬੜੇ ਮਤਲਬ ਕੜਾ, ਉਦੋਂ ਕੜਾਈਆਂ ਕੜੂਈਆਂ ਕਰਦੇ ਸੀ ਬੁੜੀਆਂ, ਉਦੋਂ ਹੀ ਕੜਾ ਬਣਾਉਂਦੀਆਂ ਸੀਗੀਆਂ, ਵੈਸੇ ਤਾਂ ਘਰੇ ਘੱਟ ਹੀ ਬਣਦਾ ਹੁੰਦਾ ਸੀ। ਅਤੇ ਉਦੋਂ ਬਾਅਦ ਉਹਦੇ ਆਓ ਭਗਤ ਬੜੀ ਕੀਤੀ ਜਾਂਦੀ ਸੀਗੀ, ਚਾਦਰ ਬਕਾਇਦਾ ਫੁੱਲਾਂ ਵਾਲੀ ਵਿਛਾ ਕੇ ਪੱਖੀ ਵੇ ਕੋਲ ਬੈਠ ਕੇ ਚੱਲਣੀ, ਬੜਾ ਵੈਲਿਊ ਇੰਨੀ ਹੁੰਦੀ ਜਿਹਦਾ ਹਿਸਾਬ ਕੋਈ ਨਹੀਂ। ਅਤੇ ਅੱਜ ਕੱਲ੍ਹ ਇਹ ਰਿਸ਼ਤਾ ਵੀ ਜਿਹੜਾ ਹੈਗਾ ਜਿਹਦੀ ਇੰਨੀ ਵੈਲਿਊ ਸੀਗੀ, ਉਹ ਵੀ ਤਕਰੀਬਨ ਖੂੰਜੇ ਲੱਗਿਆ ਸਮਝੋ। ਪਹਿਲੀ ਗੱਲ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਜੀਜਾ ਕਿਹੜਾ ਸਾਲਾ, ਕਿਤੇ ਗਏ ਤਾਂ ਉਹਨੇ ਇੰਟਰੋਡਕਸ਼ਨ ਕਰਾਈ ਵੀ ਇਹ ਮੇਰਾ ਬ੍ਰਦਰ ਇਨ ਲਾ, ਚਲੋ ਜੀ ਉਹਨਾਂ ਨੇ ਮੁੰਡਿਆਂ ਨੇ ਵਾਹਵਾ ਸੇਵਾ ਸੁਵਾ ਕੀਤੀ, ਦਾਰੂ ਦੂਰੂ ਪਿਲਾ ਕੇ ਚੰਗਾ ਕਰਿਆ, ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਜੀ ਉਹ ਬ੍ਰਦਰ ਇਨ ਲਾ ਹੈਗਾ ਬ੍ਰਦਰ ਇਨ ਲਾ ਵਾ, ਪਰ ਹੈਗਾ ਉਹਦਾ ਸਾਲਾ। ਉਹ ਕਹਿੰਦਾ ਯਾਰ ਪਹਿਲਾਂ ਦੱਸਣਾ ਸੀ ਤੁਹਾਨੂੰ ਤੇਰਾ ਸਾਲਾ, ਅਸੀਂ ਤਾਂ ਤੇਰਾ ਜੀਜਾ ਸਮਝ ਕੇ ਦੀ ਰਿਸਪੈਕਟ ਕਰੀਏ। ਸੋ ਅੱਜ ਕੱਲ੍ਹ ਰਿਸ਼ਤਿਆਂ ਦੀ ਉਹ ਜਿੱਥੇ ਰਿਸ਼ਤੇ ਰਹੇ ਹੀ ਨਹੀਂ ਹੈਗੇ ਉੱਥੇ ਉਹ ਵੈਲਿਊ ਵੀ ਨਹੀਂ ਰਹੀ। ਜੀਜਾ ਰਿਸ਼ਤਾ ਜਿਹੜਾ ਉਹਦੀ ਪਹਿਲਾਂ ਕੀ ਅਹਿਮੀਅਤ ਹੁੰਦੀ ਸੀ, ਕੀ ਵੈਲਿਊ ਹੁੰਦੀ ਸੀ, ਕੀ ਆਓ ਭਗਤ ਹੁੰਦੀ ਸੀ, ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਦੇ ਹਾਂ। ਤੁਹਾਡੀਆਂ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਾਹਿਬ ਗਿਆਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੈਂ ਹਾਂਜੀ ਹਾਂਜੀ, ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਆ ਜੀ, ਜੀ ਜਿਵੇਂ ਅਣਜਾਣ ਸਾਹਿਬ ਬਹੁਤ ਇਤਿਹਾਸ ਨੂੰ ਜਾਣਦੇ ਆ ਕਰਦੇ, ਠੀਕ ਨਹੀਂ ਹੈ ਜੀ, ਤੁਸੀਂ ਗੱਲ ਕੀਤੀ ਇਹਨਾਂ ਦੀ, ਪਰ ਇਹਨਾਂ ਨੂੰ ਬੇਨਤੀ ਕਰਿਓ ਸਾਡੇ ਵੱਲੋਂ ਕੋਈ ਜਿਹੜਾ ਸਹੀ ਇਤਿਹਾਸ ਹੈ ਉਹਦੀ ਵੀ ਕਦੀ ਕਥਾ ਸੁਣਾਇਆ ਕਰਨ ਸਾਨੂੰ। ਨਹੀਂ ਸੁਣਾਉਂਦੇ ਨਹੀਂ, ਨਹੀਂ 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 ਨਹੀਂ, ਅੱਜ ਵੀ ਇਤਿਹਾਸ ਸੀਗਾ, ਪਿਛਲੀ ਵਾਰੀ ਇਤਿਹਾਸ ਸੀਗਾ, ਇਹ ਇਤਿਹਾਸ ਦੀ ਗੱਲ ਹੈ, ਇਹ ਇਤਿਹਾਸ ਦੀ ਗੱਲ ਨਹੀਂ ਹੈਗੀ। ਗ੍ਰੰਥ ਮੇਰੀ ਗੱਲ ਨਹੀਂ ਨਹੀਂ ਮੇਰੀ ਗੱਲ ਚਲੋ ਸੁਣ ਲਓ, ਜਵਾਬ ਦੇ ਦਈਓ। ਗ੍ਰੰਥ ਭਰੇ ਪਏ ਆ ਇਤਿਹਾਸ ਦੇ ਨਾਲ, ਠੀਕ ਨਹੀਂ, ਬਹੁਤ ਪੁਰਾਣੇ ਗ੍ਰੰਥਾਂ ਚ ਇਤਿਹਾਸ ਕਾ। ਹਾਂ ਨਹੀਂ ਚਲੋ, ਮੈਂ ਇੱਕ ਬੇਨਤੀ ਮੇਰੀ ਇਹ ਹੈ ਕਿ ਉਹ ਇਤਿਹਾਸ ਵੀ ਸੁਣਾਉਂਦੇ ਨੇ, ਸ਼ਾਇਦ ਤੁਸੀਂ ਨਹੀਂ ਸੁਣਿਆ, ਇਤਿਹਾਸ ਵੀ ਸਾਡਾ। ਨਹੀਂ ਨਹੀਂ ਮੈਨੂੰ ਪਤਾ ਹੈ, ਸਿੱਖ ਇਤਿਹਾਸ ਨੂੰ ਇਤਿਹਾਸ ਸਮਝਦੇ, ਇਤਿਹਾਸ ਕੱਲਾ ਸਿੱਖ ਇਤਿਹਾਸ ਦੀ ਹੈ, ਵੱਖਰਾ ਇਤਿਹਾਸ ਪਿਆ ਦੁਨੀਆਂ ਦਾ। ਸਿੱਖ ਇਤਿਹਾਸ ਵੀ ਉਹ ਸੁਣਾਉਂਦੇ ਨੇ, ਇਤਿਹਾਸ ਵੀ ਸੁਣਾਉਂਦੇ ਨੇ, ਹਰ ਗੱਲ ਸੁਣਾਉਂਦੇ ਨੇ।
ਹਾਂਜੀ ਹਾਂ ਨਹੀਂ ਮੈਂ ਚਲੋ ਬੇਨਤੀ ਕੀਤੀ ਮੈਂ ਤਾਂ ਜੀ ਵੀ ਜੀ ਸੁਣਾਇਆ ਥੈਂਕ ਕਰੋ ਯੂ ਕਰੀ ਕਰੀ ਅਤੇ ਜੇ ਅੱਛਾ ਅੱਛਾ ਦੂਜੀ ਆ ਹਾਂਜੀ ਚਲੋ ਚਲੋ ਠੀਕ ਹੈ ਹੁਣ ਉਹਨਾਂ ਦੇ ਆਪਾਂ ਰੀਸ ਥੋੜ੍ਹਾ ਕਰ ਸਕਦੇ ਹਾਂ ਜੋ ਉਹਨਾਂ ਦੇ ਤਜਰਬਾ ਜੋ ਉਹਨਾਂ ਦੀ ਜ਼ਿੰਦਗੀ ਆਪਾਂ ਆਪਣੀ ਲਾਈਨ ਹੈ ਹਰ ਇੱਕ ਦੀ ਆਪਾਂ ਹੁਣ ਤਾਂ ਬਹੁਤੇ ਇਤਿਹਾਸ ਬਾਰੇ ਜਾਂ ਬਹੁਤਾ ਗਿਆਨ ਹੈ ਹੀ ਨਹੀਂ ਹੈਗਾ ਕਿਸ ਤਰ੍ਹਾਂ ਦਾ ਚਲੋ ਅੱਜ ਤੁਸੀਂ ਗੱਲ ਕੀਤੀ ਰਿਸ਼ਤਿਆਂ ਦੀ ਜੀ ਹੈ ਜੀ ਮੈਂ ਨੇੜੇ ਥੋੜ੍ਹੀ ਗੱਲ ਨਿਬੇੜ ਦੇਣੀ ਆ ਜਿਹੜੀ ਪੁਰਾਣੀ ਗੱਲ ਕਰਦੇ ਹੁਣ ਦੀ ਗੱਲ ਕਰਦੇ ਹਾਂ ਪੁਰਾਣੇ ਜ਼ਮਾਨੇ 'ਚ ਪੈਸਾ ਘੱਟ ਸੀ ਪਿਆਰ ਜ਼ਿਆਦਾ ਸੀ ਜੀ ਹੁਣ ਪੈਸਾ ਜ਼ਿਆਦਾ ਹੋ ਗਿਆ ਤੇ ਪਿਆਰ ਘਟ ਗਿਆ ਅਮੂਮਨ ਪਿਆਰ ਪਿਆਰ ਰਹਿ ਗਿਆ ਪੈਸੇ 'ਚ ਜੀ ਬਿਲਕੁਲ ਠੀਕ ਨਹੀਂ ਜੇ ਤੁਹਾਡੇ ਕੋਲ ਚਾਰ ਪੈਸੇ ਆ ਤੁਹਾਡੇ ਧੀਆਂ ਪੁੱਤਰ ਰਿਸ਼ਤੇਦਾਰ ਵੀ ਸਾਰੇ ਤੁਹਾਨੂੰ ਜੱਗੀ ਸਾਹਿਬ ਜੱਗੀ ਸਾਹਿਬ ਜੱਗੀ ਸਾਹਿਬ ਪਾਪਾ ਜੀ ਡੈਡੀ ਜੀ ਸਾਰੇ ਕਹਿਣਗੇ ਤੇ ਜੇ ਸਾਡੇ ਅੰਗ ਸਾਡੇ ਅੰਗ ਘਟ ਗਿਆ ਤੇ ਧੀਆਂ ਪੁੱਤਰ ਵੀ ਪਛਾਣ ਨੂੰ ਹਟ ਜਾਂਦੇ ਆ ਹੈ ਤੇ ਰਿਸ਼ਤੇਦਾਰਾਂ ਦਾ ਕੀ ਬੁਲਾਉਣਾ ਠੀਕ ਨਹੀਂ ਇੱਕ ਇੱਕ ਜੀ ਪਹਿਲਾਂ ਕਿੰਨੀ ਟੌਹਰ ਹੁੰਦੀ ਸੀ ਜਵਾਈ ਜਦੋਂ ਘਿਰ ਜਾਂਦਾ ਸੀਗਾ ਵੱਖਰੀ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ ਨਹੀਂ ਤੁਹਾਨੂੰ ਮੈਂ ਦੱਸਣ ਲੱਗਾ ਵੀ ਅਸੀਂ ਰਿਸ਼ਤੇ ਨਿਭਾਏ ਆ ਪੁਰਾਣੇ ਸਾਡਾ ਸਾਡੀ ਮੈਰਿਜ ਪੁਰਾਣੇ ਜ਼ਮਾਨੇ 'ਚ ਹੋਈ ਗੱਲ ਬਹੁਤਾ ਸਮਾਂ ਨਹੀਂ ਕੋਈ 60 ਕੁ ਸਾਲ ਪਹਿਲੋਂ 70 ਕੁ ਸਾਲ ਪਹਿਲੋਂ ਹੋਈ ਆ ਉਦੋਂ ਤੱਕ ਵੀ ਇਹ ਗੱਲ ਸੀਗੀ ਅਸੀਂ ਹੁਣ ਤੇ ਹੀ ਨਿਭਾਇਆ ਸਾਡੇ ਤਕਰੀਬਨ 70 ਸਾਲ ਹੋਣ ਵਾਲੇ ਆ ਵਿਆਹ ਦੇ ਅਸੀਂ ਹਰ ਰਿਸ਼ਤਾ ਪੂਰਾ ਨਿਭਾਇਆ ਆਪਣੇ ਇਨਲਾਜ ਨਾਲ ਵੀ ਭੈਣਾਂ ਭਰਾਵਾਂ ਨਾਲ ਵੀ ਬਾਕੀ ਜਿੰਨੇ ਰਿਸ਼ਤੇ ਇਨਲਾਜ ਦੇ ਸੀਗੇ ਜਿੰਨੇ ਮੇਰੇ ਸੀ ਮੇਰੀ ਘਰਵਾਲੀ ਨੇ ਅਸੀਂ ਬਰਾਬਰ ਨਿਭਾਏ ਹੁਣ ਤੱਕ ਨਿਭਾਉਣੇ ਪਏ ਆ ਠੀਕ ਨਹੀਂ ਹੈ ਜੀ ਤੇ ਨਹੀਂ ਬਸ ਉਹ ਗੱਲ ਉੱਥੇ ਆ ਗਈ ਨਾ ਜੋ ਮੈਂ ਦੇਖ ਰਿਹਾ ਹੈਗਾ ਵੀ ਅੱਜ ਕੱਲ੍ਹ ਤਾਂ ਜਿਹੜੇ ਬੱਚੇ ਵੀ ਉਹ ਮਾਪਿਆਂ ਨੂੰ ਕਹਿੰਦੇ ਜੀ ਜ਼ਿੰਦਗੀ ਸਾਡੀ ਆ ਹੈ ਤੁਸੀਂ ਸਾਨੂੰ ਆਪੇ ਦੇਖਣ ਦੀ ਉਸ ਸਾਨੂੰ ਜ਼ਿਆਦਾ ਤਜਰਬਾ ਦੇਖਣ ਦਾ ਹੈ ਜਿਵੇਂ ਤੁਸੀਂ ਪਹਿਲਾਂ ਹੁਣੇ ਗੱਲ ਸੁਣਾਈ ਜੀ ਲਵ ਮੈਰਿਜ ਮੈਂ ਕੀਤੀ ਹੈ ਤੇ ਸੁਖਦਾ ਨਿਭਾਵਾਂ ਮੈਰਿਜ ਲਵ ਹੋਵੇ ਮੈਰਿਜ ਅਰੇਂਜ ਹੋਵੇ ਉਹ ਦੋਵਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹਾਂ ਮੈਂ ਉਹਨੂੰ ਰਾਏ ਦੇਣਾ ਆ ਵੀ ਕੰਪਰੋਮਾਈਜ਼ ਭਾਵੇਂ ਲਵ ਮੈਰਿਜ ਕਰ ਲਓ ਭਾਵੇਂ ਅਰੇਂਜ ਹੋਈ ਹੋਵੇ ਤੁਹਾਡੀ ਜਦੋਂ ਤੁਹਾਡਾ ਰਿਸ਼ਤਾ ਬਣ ਗਿਆ ਤੁਸੀਂ ਮਹਾਰਾਜ ਦੀ ਹਜ਼ੂਰੀ ਆਪਣੇ ਇੱਕ ਦੂਜੇ ਦਾ ਪੱਲਾ ਫੜ ਫੜਾ ਲਿਆ ਤੇ ਫਿਰ ਤੁਸੀਂ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਸੀਂ ਨਿਭਾਉਣਾ ਆ ਉਹਨੂੰ ਕੋਈ ਨੁਕਸ ਘਰਵਾਲੀ 'ਚ ਹੋ ਸਕਦੇ ਆ ਕੋਈ ਨੁਕਸ ਘਰ ਵਾਲੇ 'ਚ ਹੋ ਸਕਦੇ ਆ ਕੰਪਰੋਮਾਈਜ਼ ਕਰੋ ਤੇ ਉਹਨੂੰ ਨਿਭਾਓ ਇਹ ਚੀਜ਼ ਬਿਹਤਰੀ ਆ ਇਹ ਚੀਜ਼ ਬਿਹਤਰੀ ਜੀ ਬਹੁਤ ਮਿਹਰਬਾਨੀ ਹੈ ਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮਨਜੀਤ ਸਿੰਘ ਜੀ ਕੀ ਵਿਚਾਰ ਆ ਆਪਾਂ ਗੱਲ ਕਰਦੇ ਸੀ ਪਹਿਲਾਂ ਜਿਹੜਾ ਅਰੇ ਵੈਸੇ ਤਾਂ ਰਿਸ਼ਤਿਆਂ ਦੀ ਵੈਲਿਊ ਦੀ ਗੱਲ ਕਰਦੇ ਸੀ ਪਰ ਜਿਵੇਂ ਵੈਲਿਊ ਦੀ ਇੱਕ ਰਿਸ਼ਤੇ ਦੀ ਗੱਲ ਕਰੀਏ ਜੀਜੇ ਦੀ ਜਾਂ ਜਵਾਈ ਦੀ ਉਹ ਇੱਕ ਵੱਖਰਾ ਮਾਹੌਲ ਹੁੰਦਾ ਸੀਗਾ ਉਦੋਂ ਅੱਜ ਕੱਲ੍ਹ ਨਹੀਂ ਉਹ ਚੀਜ਼ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਹੁਣ ਤੁਸੀਂ ਰਾਣਾ ਸ਼ੁਰੂ ਛੋਟੇ ਹੁੰਦੇ ਜੀ ਤਾਂ ਸਾਡੇ ਫੁੱਫੜ ਸੀ ਇੰਗਲੈਂਡ ਸਗੋਂ ਜਾਂਦੇ ਹੀ ਜਾਂ ਦੂਜੇ ਭੂਆ ਫੁੱਫੜਾ ਹੁੰਦੇ ਸੀਗੇ ਤੇ ਉਦੋਂ ਭਾਜਣਾ ਪੈ ਜਾਂਦੀਆਂ ਨੇ ਸੀਗਾ ਆਪਣੇ ਮਾਂ ਪਿਓ ਤੋਂ ਸਿੱਖਿਆ ਅਸੀਂ ਵੀ ਆਪਣੇ ਪ੍ਰਾਹੁਣੇ ਬੜੀ ਇੱਜ਼ਤ ਕਰਦੇ ਆ ਤੇ ਹੁਣ ਗਾਹਾਂ ਦੀ ਜਨਰੇਸ਼ਨ ਦਾ ਪਤਾ ਨੀ ਕੀ ਜਾਣਗੇ ਜਾਂ ਕਰਨੀ ਵੀ ਚਾਹੀਦੀ ਹੈ ਜੇ ਤੁਹਾਡੀ ਸਿਸਟਰ ਆ ਤਾਂ ਤੁਹਾਡੇ ਉਹ ਲੈ ਕੇ ਆ ਉਹਨਾਂ ਦੀ ਫੈਮਿਲੀ ਤਾਂ ਉਹਨਾਂ ਦੀ ਇੱਜ਼ਤ ਕਰਨੀ ਵੀ ਚਾਹੀਦੀ ਮਾੜਾ ਜਿਹਾ ਹੋਲਡ ਰੱਖਿਓ ਮਾੜਾ ਜਿਹਾ ਹੋਲਡ ਹਾਂਜੀ ਮਨਜੀਤ ਸਿੰਘ ਜੀ ਹਾਂਜੀ ਇਹ ਤਾਂ ਹੁਣ ਬਾਕੀ ਨਾ ਸਮਝਦਾਰੀ ਦੀ ਗੱਲ ਆ ਆਪਣੀ ਜੇ ਤੁਸੀਂ ਇਹ ਪਰਿਵਾਰ ਚ ਆਪਣੀ ਸਮਝਦੇ ਆ ਵੀ ਹਾਂ ਵੀ ਤੁਹਾਡੀ ਲੜਕੀ ਆ ਜਾਂ ਤੁਹਾਡੀ ਸਿਸਟਰ ਆ ਜਾਂ ਕੁਛ ਵੀ ਆ ਜੇ ਉਹਨੂੰ ਦਿੰਦੇ ਆ ਤੁਹਾਨੂੰ ਇਹ ਮਿਲਦੀ ਪਈ ਆ ਜੀ ਜੀ ਚਲੋ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਰਨ ਵਾਸਤੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗੀ ਵੀਰ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਜਸਿੰਦਰ ਸਿੰਘ ਜੀ ਹਾਂਜੀ ਹੋਰ ਸੁਣਾਓ ਕਿੱਦਾਂ ਵਧੀਆ ਜੀ ਬਸ ਵਧੀਆ ਲੱਗੇ ਹੋਏ ਆ ਬਸ ਉਧਰ ਭੱਜ ਦੌੜ ਚੱਲਦੀ ਫਿਰ ਇੱਥੇ ਪ੍ਰੋਗਰਾਮ ਹਜੇ ਫਿਰ ਹਜੇ ਇੱਥੇ ਘਰੋਂ ਹੀ ਕਰਦੇ ਹੁਣ ਕਰਾਂਗੇ ਸ਼ੁਰੂ ਤੋਂ ਫਿਰ ਦਿਨੇ ਸਾਰਾ ਦਿਨ ਉੱਥੇ ਹੁੰਦੇ ਫਿਰ ਸ਼ਾਮੀ ਭੱਜ ਕੇ ਆ ਕੇ ਫਿਰ ਪ੍ਰੋਗਰਾਮ ਇੱਥੇ ਕਰ ਲਈਏ ਜ਼ਰੂਰ ਵੀ ਸਾਡੇ ਕੱਲ੍ਹ ਵੀ ਜਿਵੇਂ ਮੈਂ ਮੜੇ ਹੋਣ ਤੋਂ ਕੱਲ੍ਹ ਜਿਵੇਂ ਫਿਰ ਲੇਟ ਹੋ ਗਏ ਫਰਿਜਨੋਂ ਗਏ ਸੀਗੇ ਅਤੇ ਕੱਲ੍ਹ ਲੇਟ ਹੋ ਗਏ ਫਰਿਜਨੋਂ ਗਏ ਸੀਗੇ ਅਤੇ ਤਾਂ ਕਰਕੇ ਪ੍ਰੋਗਰਾਮ ਕੱਲ੍ਹ ਫਿਰ ਪੁਰਾਣਾ ਲਾਉਣਾ ਪਿਆ ਹਾਂਜੀ ਕੀ ਕਹਿਣਾ ਚਾਹੁੰਦੇ ਬਾਬਾ ਜੀ ਸੀਗੇ ਜਿੱਦਾਂ ਸਾਡੀ ਬੀਬੀ ਦੇ ਫੁੱਫੜ ਸੀਗੇ ਉਹੀ ਭੂਆ ਦਾ ਆਪਣੀ ਭਤੀਜੀ ਦਾ ਰਿਸ਼ਤਾ ਲਈ ਸੀ ਸਾਡੀ ਬੀਬੀ ਦੀ ਭੂਆ
ਆਪਣਾ ਵੀ ਥੋੜੇ ਜਿਹਾ ਦੋ ਲਾਈਨਾਂ ਮੈਂ ਸੁਣਾਉਣਾ ਬਾਪੂ ਪਾਰਸ ਦੀਆਂ ਲਿਖੀਆਂ ਆ। ਲਾ ਵਹਿੰਦਾ ਮਨ ਅੰਦਰ ਤੰਬੂ ਸੱਦ ਸ਼ੈਤਾਨ ਫਰਿਸ਼ਤਾ, ਬਦਲ ਰੇਮ ਦਾ ਵਿੱਚ ਦੁਸ਼ਮਣੀ ਵੱਡੇ ਵੱਡਾ ਰਿਸ਼ਤਾ, ਸਕੇ ਭਰਾਵਾਂ ਵਿੱਚ ਪੈ ਜਾਂਦੇ ਸੌ ਸੌ ਕੋਹਦੇ ਪਾੜੇ, ਆਪਣਾ ਖੂਨ ਪੜਾਇਆ ਹੁੰਦਾ ਜਾਦੇ ਆਉਂਦੇ ਦਿਨ ਮਾੜੇ, ਮਿੱਤਰਾਂ ਹਰ ਦਿਲ ਪਿਆਰਿਆਂ ਵਾਝੋਂ ਤਨ ਸੁੱਖ ਹੋ ਗਏ ਪਿੰਜਰ, ਦੋ ਦਿਲਾਂ ਦੀ ਤਹਿ ਵਿੱਚ ਨਾ ਸੀ ਸੂਈ ਸਕਦੀ ਸਿੰਜਰ, ਗੱਡੇ ਜਾਂਦੇ ਸਿਹਰੇ ਤੱਕਲੀ ਪੈਂਦੇ ਡਿੱਗ ਚਵਾੜੇ, ਆਪਣਾ ਖੂਨ ਪੜਾਇਆ ਹੁੰਦਾ ਜਾਦੇ ਆਉਂਦੇ ਦਿਨ ਮਾੜੇ, ਬੱਚਾ ਸਮਝੇ ਸ੍ਰੀ ਸੱਪ ਦੀ ਪਿਆਰੀ ਮਾਂ ਦੀ ਦੁੱਧੀ, ਵਕਤ ਬਿਨਾਂ ਕਾਲ ਦੇ ਜਾਂਦੀ ਉਲਟ ਪੁਲਟ ਹੋ ਬੁੱਧੀ, ਮੱਤਾਂ ਦੇ ਹੁਣ ਲੱਖ ਸਿਆਣੇ ਅਕਲ ਨਾ ਵੜਦੀ ਬਾੜੇ, ਆਪਣਾ ਖੂਨ ਪਰਾਇਆ ਹੁੰਦਾ ਜਾਦਿਆਂ ਦੇ ਦਿਨ ਮਾੜੇ, ਕਹੇ ਕਰਨੈਲ ਕਵੀਸ਼ਰ ਪਾਰਸ ਗਾਉਣ ਵਾਲੇ ਕੋਈ ਜੱਥੇ, ਲੜਕੇ ਘਰੋਂ ਕਹੀ ਜਾਂ ਬਹਿੰਦੇ ਮੁੜ ਨਾ ਲੱਗਦੇ ਮੱਥੇ, ਪੈਸੇ ਤੇ ਚੌਧਰ ਦੀ ਖਾਤਰ ਹੋ ਕੇ ਕਹੀ ਖੁਆੜੇ, ਪੈਸੇ ਤੇ ਚੌਧਰ ਦੀ ਖਾਤਰ ਹੋ ਕੇ ਕਹੀ ਖੁਆੜੇ, ਆਪਣਾ ਖੂਨ ਪੜਾਇਆ ਹੁੰਦਾ ਜਾਦਿਆਂ ਦੇ ਦਿਨ ਮਾੜੇ, ਆਪਣਾ ਖੂਨ ਪੜਾਇਆ ਹੁੰਦਾ ਦਿੱਲੀ ਚ ਆਉਂਦੇ ਅਹਿਮਦ ਸ਼ਾਹ ਦੇ ਦਿਨ ਮਾੜੇ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਗੱਲ ਚੱਲਦੀ ਹੈ ਪ੍ਰਾਹੁਣੇ ਦੀ। ਪ੍ਰਾਹੁਣਾ ਕਹਿੰਦੇ ਘਰ ਦੇ ਵਿੱਚ ਪ੍ਰਾਹੁਣੇ, ਇੱਕ ਤਾਂ ਪ੍ਰਾਹੁਣੇ ਆਉਂਦੇ ਹੁੰਦੇ, ਇੱਕ ਪ੍ਰਾਹੁਣਾ ਜਿਹੜਾ ਖਾਸ ਹੁੰਦਾ ਉਹਦੀ ਗੱਲਬਾਤ ਚੱਲਦੀ ਹੈ। ਔਰ ਬਹੁਤ ਸਤਿਕਾਰ, ਡਰ ਹੁੰਦਾ ਸੀ ਬਹੁਤ ਜ਼ਿਆਦਾ ਵੀ ਪ੍ਰਾਹੁਣਾ ਕਿਤੇ ਗੁੱਸੇ ਨਾ ਹੋ ਜਾਏ। ਪਰ ਫਿਰ ਵਿੱਚ ਜੇ ਮਾਲਵੇ ਵਾਲੇ ਰਿਵਾਜ਼ ਚੱਲਿਆ ਸੀਗਾ ਵੀ ਪ੍ਰਾਹੁਣਾ ਜਦੋਂ ਗੁੱਸੇ ਹੋ ਜਾਂਦੇ ਸੀ ਉਹਨੂੰ ਕੁੱਟ ਵੀ ਦਿੰਦੇ ਸੀ, ਫਿਰ ਪੁਲੀਆਂ ਤੋਂ ਸਾਈਕਲ 'ਤੇ ਜਾਂਦੇ ਹੁੰਦੇ ਸੀ ਪ੍ਰਾਹੁਣੇ, ਸਾਈਕਲ 'ਤੇ ਉਹਨੇ ਚੱਕਣਾ ਸਾਈਕਲ, ਪ੍ਰਾਹੁਣੇ ਨੇ ਗੁੱਸੇ ਹੋ ਕੇ ਚੱਲ ਜਾਣਾ ਜਵਾਈ ਨੇ, ਮੈਂ ਨਹੀਂ ਰਹਿਣਾ ਇੱਥੇ ਤੁਸੀਂ ਜੋ, ਫਿਰ ਪੁਲੀਆਂ ਤੋਂ ਮੋੜ ਲਿਆਉਂਦੇ ਹੁੰਦੇ ਪਿੰਡ ਦੀਆਂ, ਆ ਜਾ ਪ੍ਰਾਹੁਣੇ ਆ ਗੁੱਸਾ ਕਾਹਨੂੰ ਕਰਦਾ, ਬੱਕਰਾ ਬਣਾਉਣੇ, ਆ ਜਾ ਐਂ ਕਰਕੇ ਮੋੜ ਲਿਆਉਂਦੇ ਹੁੰਦੇ ਸੀਗੇ। ਇੱਕ ਹੋਰ ਸੱਚੀ ਗੱਲ ਸਾਹਮਣੇ ਆ ਗਈ, ਯਾਦ ਆ ਗਈ ਵੀ ਕੁਲਦੀਪ ਮਾਨਕ ਸਾਹਿਬ ਦਾ ਪ੍ਰੋਗਰਾਮ ਚੱਲਦਾ ਸੀਗਾ ਕਿਸੇ ਦੇ ਵਿਆਹ ਦਾ, ਅਸੀਂ ਵੀ ਉੱਥੇ ਗਏ ਸੀਗੇ। ਅਤੇ ਇੱਕ ਬੰਦਾ ਬੜਾ ਤੰਗ ਕਰੀ ਜਾਵੇ, ਬੜਾ ਤੰਗ ਕਰੀਏ, ਦਾਰੂ ਪੀਤੀ ਤੰਗ ਕਰੀਏ, ਤਾਂ ਮੁੰਡੇ ਤੋਂ ਜ਼ਿਆਦਾ ਹੀ ਤੰਗ ਕੀਤਾ, ਮਾਨਕ ਸਾਹਿਬ ਨੇ ਵੱਟ ਕੇ ਮਾਰਿਆ ਥੱਪੜ, ਔਡੀ ਦੂਰ ਜਾਟ ਗਿਆ। ਬਾਅਦ 'ਚ ਪਤਾ ਲੱਗਾ ਜੀ ਇਹਨਾਂ ਦਾ ਪ੍ਰਾਹੁਣਾ ਹੈ, ਮਾਨਕ ਸਾਹਿਬ ਡਰ ਕੇ ਲੈ ਗਿਆ, ਪ੍ਰਾਹੁਣੇ ਦੇ ਥੱਪੜ ਵੱਜ ਗਿਆ ਤਾਂ ਹੁਣ ਗੁੱਸਾ ਕਰਨਗੇ, ਔਖਾ ਹੋਣਗੇ। ਉਹ ਬਾਕੀ ਰੌਲਾ ਰੌਲਾ ਪੈ ਗਿਆ ਅਤੇ ਜਿਹੜਾ ਉਹਦਾ ਜਿਹੜਾ ਪ੍ਰਾਹੁਣਾ ਸੀ ਉਹਦਾ ਸਹੁਰਾ ਯਾਨੀ ਕਿ ਕੁੜੀ ਦਾ ਡੈਡੀ ਮਾਨਕ ਸਾਹਿਬ ਕੋਲ ਆਇਆ, ਕਹਿੰਦਾ ਜੀ ਮੈਂ ਇਹਦਾ ਸਹੁਰਾ ਯਾਰ ਜੀ, ਅਤੇ ਥੱਪੜ ਮਾਰਿਆ। ਕਹਿੰਦਾ ਜੀ ਮਾਨਕ ਸਾਹਿਬ ਕਹਿੰਦਾ ਜੀ ਹੁਣ ਹਟਦਾ ਨਹੀਂ ਸੀ, ਵੱਜ ਗਿਆ। ਉਹ ਕਹਿੰਦੇ ਨਹੀਂ ਕੋਈ ਨਹੀਂ ਮੈਂ ਤੈਨੂੰ ਗੁੱਸਾ ਨਹੀਂ ਕਰਨਾ, ਅੱਲਾ ਫਿਰ 500 ਰੁਪਇਆ ਇਨਾਮ ਦਿੱਤਾ, ਸਾਡੇ ਸਾਰੇ ਟੱਬਰ ਦਾ ਨੱਕ ਦਮ ਕੀਤਾ ਪਿਆ ਸੀ, ਇਹਨੇ ਇਨਾਮ ਦਿੱਤਾ ਉਹਨੇ। ਸੋ ਇਹੋ ਜਿਹਾ ਵੀ ਹੋ ਜਾਂਦਾ ਹੁੰਦਾ ਮਾਹੌਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜਗਤਾਲ ਜੱਗੀ ਜੀ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਸੁੰਦਰ ਜੀ। ਸੁੰਦਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਹਾਂਜੀ ਕੀ ਕਹਿਣਾ ਚਾਹੁੰਦੇ? ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਜੇ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰਨ ਵਿੱਚ ਹੁੰਦੀ ਆ ਜੀ, ਕਿਉਂਕਿ ਬਿਨਾਂ ਗਲਤੀ ਦਾ ਇਨਸਾਨ ਲੱਭੋਗੇ ਤਾਂ ਇਕੱਲੇ ਰਹਿ ਜਾਓਗੇ। ਵਾਹ ਜੀ ਵਾਹ। ਸੋ ਜੇ ਰਿਸ਼ਤੇ ਨਿਭਾਣੇ ਹਨ ਤਾਂ ਛੋਟੀਆਂ ਮੋਟੀਆਂ ਗਲਤੀਆਂ ਤਾਂ ਬਰਦਾਸ਼ਤ ਕਰਨੀਆਂ ਹੀ ਪੈਣਗੀਆਂ, ਜੋ ਕਿ ਅੱਜ ਕੱਲ ਅਸੀਂ ਦੇਖਦੇ ਵੀ ਹਾਂ, ਜੀਜਿਆਂ ਨਾਲ ਲਵਾਈ ਜਾ ਰਹੇ ਹਾਂ, ਸਾਰੇ ਨਹੀਂ ਮਾੜੇ ਜੀਜੇ ਹੁੰਦੇ, ਕੁਛ ਚੰਗੇ ਵੀ ਹੁੰਦੇ। ਪਰ ਇੱਕ ਗੱਲ ਮੈਂ ਇੱਥੇ ਆਖਰੀ ਚ ਕਹਿਣਾ ਚਾਹੁੰਦਾ ਕਿ ਜੇ ਸਾਰੇ ਹੀ ਜੀਜੇ ਚੰਗੇ ਹੁੰਦੇ ਤਾਂ ਜੀਜਿਆਂ ਦਾ ਮੁੱਲ ਕਿੱਥੇ ਪੈਣਾ ਸੀ, ਚੰਗਿਆਂ ਦਾ ਮੁੱਲ ਕਿੱਥੇ ਪੈਣਾ? ਅਗਰ ਜੇ ਸਾਰੇ ਹੀ ਸਫੇਦ ਰੰਗ ਦੇ ਹੁੰਦੇ ਤਾਂ ਇੱਕ ਸ਼ੇਰ ਮੈਂ ਸੁਣਨਾ, ਅਗਰ ਸਫੇਦ ਰੰਗ ਮੈਂ ਵਫਾ ਹੋਤੀ ਤੋ ਨਮਕ ਜ਼ਖਮੋ ਕੀ ਦਵਾ ਹੋਤੀ। ਗਲਤੀਆਂ ਨੂੰ ਸਵੀਕਾਰਦੇ ਸੀ ਨਾ, ਅਜੇ ਵੀ ਸਹਿਨੇ ਆ ਨਾ ਓਦਾਂ ਦੇ ਚੀਜ਼ਾਂ ਨੂੰ, ਸਾਰੇ ਤਾਂ ਨਹੀਂ ਹੁੰਦੇ ਖਰਾਬ ਪਰ ਸਹਿ ਰਹੇ ਨਾ, ਕਿਉਂਕਿ ਜੇ ਅਸੀਂ ਗਲਤੀਆਂ ਹੀ ਦੇਖਾਂਗੇ ਵੀ ਜੀਜਿਆਂ ਚ ਗਲਤੀ ਹੈ ਤਾਂ ਫਿਰ ਰਿਸ਼ਤੇ ਨਹੀਂ ਨਿਭਣਗੇ ਨਾ ਜੱਗੀ ਸਾਹਿਬ, ਕੁਛ ਨਾ ਕੁਛ ਤੇ ਸਹਿਣਾ ਪਏਗਾ। ਅੱਜ ਕੱਲ ਤਾਂ ਘਰਦਿਆਂ ਤੋਂ ਪਹਿਲਾਂ ਕੁੜੀਆਂ ਹੀ ਉਹਨੂੰ ਡਾਂਟ ਦਿੰਦੀ ਹੈ, ਬੰਦਾ ਬਣ ਕੇ ਰਹਿ ਰਹਿਣਾ ਤੇ ਫਿਰ ਦੇਖ ਲਾ ਆਪਣੀ ਮਰਜ਼ੀ। ਚਲੋ ਮਿਹਰਬਾਨੀ, ਅੱਜ ਕੱਲ ਜ਼ਮਾਨਾ ਬਦਲੀ ਹੋ ਗਿਆ, ਬਹੁਤ ਮਿਹਰਬਾਨੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। 929 ਏਰੀਆ ਕੋਡ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਡੇ ਦਫ਼ਤਰ ਚ ਕੋਈ ਇਨਫੋਰਮੇਸ਼ਨ ਹੈ,
ਮੈਂ ਕੀਤਾ ਸੀ ਫੋਨ ਵੀ ਕਹਿੰਦੇ ਰਿਜ਼ਾਈਨ ਕਰ ਗਏ। ਨਹੀਂ ਰਿਜ਼ਾਈਨ ਨਹੀਂ ਦਿੱਤਾ ਹਜੇ, ਸਿਰਫ ਫੇਸਬੁੱਕ 'ਤੇ ਹੀ ਪੜ੍ਹਿਆ ਸੀ ਵੀ, ਗੱਲ ਨਹੀਂ ਹੋਈ ਉਦੋਂ ਬਾਅਦ। ਬਾਕੀ ਦੇਖੋ ਜੇ ਟਾਈਮ ਹੈਗਾ ਜੀ, ਬਹੁਤ ਮਿਹਰਬਾਨੀ ਕਾਲ ਕਰਨ। ਮੈਂ ਤਾਂ ਅਸੀਂ ਤਾਂ ਫਿਰ ਮੁੱਦੇ ਦਾ ਸੱਤਿਆਨਾਸ਼ ਕੀਤ ਕਰ ਦਿੱਤਾ ਰਿਆਜ਼ ਤੋਂ ਬਗੈਰ। ਹਾਂਜੀ ਚਲੋ ਚਲੋ ਜੀ, ਮੁੱਦੇ ਦਾ ਕੰਮ ਖਰਾਬ। ਹਾਂਜੀ ਨਹੀਂ ਪ੍ਰੋਗਰਾਮ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵਧੀਆ, ਪਰ ਫਿਰ ਵੀ ਸਾਰੇ ਆਪੋ ਆਪਣੀ ਜਗ੍ਹਾ ਵਧੀਆ ਕਰਦੇ ਨੇ ਪ੍ਰੋਗਰਾਮ, ਕਿਉਂਕਿ ਕੁਛ ਨੂੰ ਕਿਸ ਤਰ੍ਹਾਂ ਦਾ ਪਸੰਦ ਹੁੰਦਾ। ਹੁਣ ਜਿਵੇਂ ਅਮੈਰੀਕਨ ਪੋਲੀਟਿਕਸ 'ਤੇ ਸ਼ੁਰੂ ਕੀਤਾ ਅਸ਼ਵਤਾ ਜੀ ਕਰਦੇ ਨੇ, ਬਹੁਤ ਸਾਰੇ ਲੋਕ ਉਸ ਮੁੱਦੇ ਨੂੰ ਵੀ ਜ਼ਿਆਦਾ ਪਸੰਦ ਕਰਦੇ ਨੇ ਕਿ ਅਮੈਰੀਕਾ ਦੀ ਪੋਲੀਟਿਕਸ ਦੀ ਗੱਲ ਹੋ ਰਹੀ ਹੈ, ਅਤੇ ਬਹੁਤ ਸਾਰੇ ਲੋਕ ਜਿਹੜੇ ਅਸੀਂ ਹੈਗੇ ਹਾਂ ਉਹ ਅਸੀਂ ਅਮੈਰੀਕਾ ਦੀ ਪੋਲੀਟਿਕਸ ਦੇ ਨਾਲ ਕੋਈ ਲੈਣ ਦੇਣ ਨਹੀਂ, ਨਾ ਕੋਈ ਜਾਣਕਾਰੀ ਹੈਗੀ, ਅਤੇ ਸਾਨੂੰ ਉਹ ਚੀਜ਼ਾਂ ਕਈਆਂ ਨੂੰ ਚੰਗੀਆਂ ਨਹੀਂ ਲੱਗਦੀਆਂ। ਸੋ ਆਪੋ ਆਪਣਾ ਰੰਗ ਹੁੰਦਾ, ਆਪੋ ਆਪਣਾ ਟੇਸਟ ਹੁੰਦਾ, ਸੋ ਹਰ ਟੇਸਟ ਦਾ ਜਿਹੜਾ ਪ੍ਰੋਗਰਾਮ ਆ ਉਸੀ ਪੇਸ਼ ਕਰਨ ਦੀ ਕੋਸ਼ਿਸ਼ ਜਸ ਪੰਜਾਬੀ 'ਤੇ ਕਰੀਦੀ ਹੈ, ਅਤੇ ਇਸੇ ਤਰ੍ਹਾਂ ਕਰਦੇ ਰਹਾਂਗੇ। ਬਾਕੀ ਜਿਹੜਾ ਕੰਮ ਕਿਸੇ ਨੇ ਕਰਨਾ ਜਾਂ ਨਹੀਂ ਕਰਨਾ, ਜਾਂ ਕਿਸੇ ਨੇ ਕੰਮ ਕਰਾਉਣਾ ਜਾਂ ਕਿਸੇ ਕੋਲ ਨਹੀਂ ਕਰਾਉਣਾ, ਇਹ ਤਾਂ ਆਪੋ ਆਪਣੀ ਮਰਜ਼ੀ ਹੁੰਦੀ ਆ। ਕੋਈ ਕਿਸੇ ਕੋਲ ਜ਼ਬਰਦਸਤੀ ਕੰਮ ਨਹੀਂ ਕਰਾ ਸਕਦਾ, ਕੋਈ ਜ਼ਬਰਦਸਤੀ ਕਿਸੇ ਦੇ ਕੋਲੋਂ ਇਹ ਨਹੀਂ ਕਹਿ ਸਕਦਾ ਕਿ ਮੈਂ ਕੰਮ ਕਰਨਾ ਹੀ ਹੈ ਤੁਸੀਂ ਮੇਰੇ ਤੋਂ ਕੰਮ ਕਰਾਓ। ਸੋ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਜੋ ਕਿ ਮੇਰੇ ਖਿਆਲ ਹੋ ਜਾਏਗੀ ਛੇਤੀ, ਕੋਈ ਐਸੀ ਗੱਲ ਨਹੀਂ। ਇਹ ਆਮ ਕਈ ਪਹਿਲਾਂ ਵੀ ਕਈ ਵਾਰੀ ਹੁੰਦਾ ਮਾੜਾ ਮੋਟਾ, ਹੁੰਦਾ ਹੀ ਰਹਿੰਦਾ ਕਿਤੇ ਨਾ ਕਿਤੇ। ਸੋ ਬਾਕੀ ਟਾਈਮ ਦੱਸੇਗਾ ਕੀ ਹੁੰਦਾ ਕੀ ਨਹੀਂ ਹੁੰਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਆਖਰੀ ਪੜਾਅ ਪ੍ਰੋਗਰਾਮ ਦਾ, ਅਤੇ ਫਟਾਫਟ ਇੱਕ ਅੱਧੀ ਕਾਲ ਲੈ ਕੇ ਵਾਈਂਡ ਅਪ ਕਰਦੇ। ਹੈਲੋ 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 ਗਨੀ ਸਾਹਿਬ। ਹਾਂਜੀ ਹਾਂਜੀ ਪੈਰੀ ਪੈਰੀ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਓਹਦਾ ਚੱਲਦਾ ਕੰਮ? ਚਲੋ ਚਲੋ ਠੀਕ ਹੈ, ਚਲੋ ਮਿਹਰਬਾਨੀ। ਚਲੋ ਹਾਂਜੀ ਠੀਕ ਹੈ ਜੀ, ਮਿਹਰਬਾਨੀ ਬਹੁਤ। ਟਾਈਮ ਖਤਮ ਹੋ ਗਿਆ ਪ੍ਰੋਗਰਾਮ, ਟਾਈਮ ਖਤਮ ਹੋ ਗਿਆ ਪ੍ਰੋਗਰਾਮ ਦਾ, ਅੱਗੇ ਹੋਰ ਨਹੀਂ ਕੰਟੀਨਿਊ ਕਰ ਹੋਣਾ। ਸੋ ਇੱਕ ਵਾਰ ਫਿਰ ਅਖੀਰ ਦੇ ਵਿੱਚ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪੰਜਾਬੀਆਂ ਦਾ, ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ। ਵੈਸੇ ਹੁਣ ਖਾਸ ਤੌਰ 'ਤੇ ਇਸ ਸਮੇਂ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਜਿੱਥੇ ਜਾਂਦੇ ਹੁਣ ਤਕਰੀਬਨ ਫੀਲਡ ਦੇ ਵਿੱਚ ਹੀ ਹੁੰਦੇ ਹਾਂ। ਇਸ ਤੋਂ ਬਾਅਦ LA ਵਗੈਰਾ, ਬੇਕਰ ਸੀਲ ਵਗੈਰਾ ਦਾ ਵੀ ਚੱਕਰ ਲੱਗੇਗਾ, ਬੇ ਏਰੀਆ ਦਾ ਵੀ ਚੱਕਰ ਲੱਗੇਗਾ, ਸਟੂਡੀਓ ਸਿਲਸਿਲੇ 'ਚ ਸੱਦੇ ਪੱਤਰ ਦੇਣ ਦੇ ਸਿਲਸਿਲੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਸੀ। ਤੁਹਾਡੇ 'ਚੋਂ ਕੋਈ ਸ਼ਮੂਲੀਅਤ ਕਰਨੀ ਚਾਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਕਿਤੇ ਵੀ ਬੈਠੇ ਹੋ ਤਾਂ ਜ਼ਰੂਰ ਫੋਨ ਕਰ ਸਕਦੇ ਹੋ 209-450-33-62, ਜਾਂ ਫਿਰ ਅਸ਼ਮਦਾ ਜੀ ਦਾ ਨੰਬਰ ਹੈਗਾ 646-246-7770, ਅਤੇ ਤੁਸੀਂ ਇਸ 'ਤੇ ਆਪਣਾ ਨਾਮ ਅਤੇ ਟੈਕਸਟ ਕਰ ਸਕਦੇ ਹੋ, ਨਾਮ ਕਿਹੜੇ ਸ਼ਹਿਰ ਤੋਂ ਤੁਸੀਂ ਆਉਣਾ, ਤਾਂ ਜ਼ਰੂਰ ਅਸੀਂ ਤੁਹਾਡਾ ਉੱਥੇ ਇੰਤਜ਼ਾਰ ਕਰਾਂਗੇ। ਅਤੇ ਨਾਲ ਨਾਲ ਮੈਂ ਜਿਹੜੀ ਬੇਨਤੀ ਕੀਤੀ ਹੈ ਵੀ ਸਾਡੇ ਪੰਜਾਬੀ ਕਿਤੇ ਵੀ ਬੈਠੇ ਆ ਕੋਈ ਸਾਡਾ ਸਹਿਯੋਗ ਕਰਨ ਇਸ ਸਟੂਡੀਓ ਦੇ ਵਿੱਚ, ਇਸ ਕੈਲੀਫੋਰਨੀਆ ਵਿੱਚ ਪੈਰ ਜਮਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਜ਼ਰੂਰ ਇਹ ਕਾਲ ਕਰ ਸਕਦੇ ਹੋ ਇਹਦੇ ਵਾਸਤੇ ਵੀ। ਉਮੀਦ ਕਰਦੇ ਹਾਂ ਇਹਦਾ ਪ੍ਰੋਗਰਾਮ ਵੀ ਵਧੀਆ ਲੱਗਿਆ ਹੋਵੇਗਾ। ਈਮੇਲ ਵੀ ਨੋਟ ਕਰ ਲਓ, jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਜਾਂ ਫਿਰ ਸਾਡਾ ਯੂਟਿਊਬ ਚੈਨਲ ਹੈਗਾ, ਕਿਤੇ ਵੀ ਸੰਪਰਕ ਸਾਡੇ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।